ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਣੀ ਤਿਆਰੀ ਦੇ ਇੱਕਵੇਂ ਦਿਨ ਵਿੱਚ ਆਪਾਂ ਐਨਸੀਆਰਟੀ ਅਧਿਤ ਕਰ ਰਹੇ ਹਾਂ ਲੈਕਚਰ 9 ਮੱਧਕਾਲੀਨ ਭਾਰਤ ਬਾਰੇ ਆਪਾਂ ਪੜ੍ਹ ਰਹੇ ਸੀ ਲਾਸਟ ਲੈਕਚਰ ਵਿੱਚ ਆਪਾਂ ਦਿੱਲੀ ਸਲਤਨਤ ਬਾਰੇ ਪੜਿਆ ਉਹਨੂੰ ਕੰਟੀਨਿਊ ਕਰਦੇ ਹੋਏ ਆਪਾਂ ਜਿਵੇਂ ਸਿਰਫ ਜਿਹੜੇ ਸਭ ਤੋਂ ਇੰਪੋਰਟੈਂਟ ਸੁਲਤਾਨ ਸੀਗੇ ਉਹ ਪੜ੍ਹ ਰਹੇ ਸੀ ਆਪਾਂ ਮੁਹੰਮਦ ਬਿਨ ਤੁਗਲਕ ਬਾਰੇ ਥੋੜਾ ਜਿਹਾ ਪੜਨਾ ਹੈ ਤੇ ਫਿਰ ਆਪਾਂ ਮੁਗਲਸ ਵੱਲ ਚੱਲਾਂਗੇ ਮੁਹੰਮਦ ਬਿੰਤ ਤੁਗਲਕ ਦੇਖੋ ਜਿਹੜਾ ਮੁਹੰਮਦ ਬਿੰਤ ਤੁਗਲਕ ਰਹਿਣਾ ਇਨ ਹਿਸਟਰੀ ਵਿੱਚ ਦੋਨੋਂ ਤਰੀਕੇ ਨਾਲ ਦੇਖਿਆ ਜਾਂਦਾ ਹੈ ਇੱਕ ਤਾਂ ਦੇਖਿਆ ਜਾਂਦਾ ਹੈ ਕਿ ਕਾਫੀ ਜਿਹੜੇ ਇਹਦੇ ਫੈਸਲੇ ਸੀ ਬਹੁਤ ਹੀ ਵੱਡਾ ਬਹੁਤ ਹੀ ਵੱਡੀ ਕ੍ਰਾਂਤੀ ਲੈ ਕੇ ਆ ਸਕਦੇ ਸੀ ਦਿੱਲੀ ਸਲਤਨਤ ਦੇ ਆਪਣੇ ਰਾਜ ਵਿੱਚ ਪਰ ਦੂਜੇ ਪਾਸੇ ਕਿਉਂਕਿ ਇਹ ਸਾਰੇ ਦੇ ਸਾਰੇ ਜਿਹੜੇ ਇਹਨੇ ਕੰਮ ਕੀਤੇ ਨਾ ਇਹ ਚੰਗੀ ਤਰ੍ਹਾਂ ਪੂਰੇ ਨਹੀਂ ਕਰ ਪਾਇਆ ਜਾਂ ਪੂਰੀ ਤਰ੍ਹਾਂ ਸੋਚੇ ਨਹੀਂ ਇਹਨੇ ਕਿ ਕਿਸ ਤਰੀਕੇ ਨਾਲ ਕਰਨੇ ਆ ਇਸ ਕਾਰਨ ਕਿਤੇ ਨਾ ਕਿਤੇ ਜੋ ਇਹਦਾ ਐਫਰਟ ਸੀਗਾ ਉਹ ਸਾਰੇ ਦੇ ਸਾਰੇ ਕਿਤਨੇ ਕਿਤੇ ਫੇਲ ਹੋਏ ਤੇ ਬਦਨਾਮ ਵੀ ਬਹੁਤ ਹੈ ਇਹਨੇ ਦਿੱਲੀ ਸਲਤਨਤ ਦਾ ਬਲਕਿ ਨੁਕਸਾਨ ਬਹੁਤ ਜ਼ਿਆਦਾ ਕੀਤਾ ਜਿੱਡਾ ਵੱਡਾ ਇਹਨੂੰ ਸਮਰਾਜ ਮਿਲਿਆ ਸੀ ਇਹਨੇ ਹੌਲੀ ਹੌਲੀ ਇਹ ਦੇਖਦੇ ਦੇਖਦੇ ਇਹ ਦੇ ਇਹਦੇ ਟਾਈਮ ਵਿੱਚ ਹੀ ਕਾਫੀ ਵੱਡਾ ਖਤਮ ਵੀ ਹੋ ਗਿਆ ਤੇ ਫਾਈਨੈਂਸ਼ੀਅਲੀ ਜਿਹੜੇ ਪੈਸੇ ਸੀਗੇ ਉਹ ਵੀ ਬਹੁਤ ਜ਼ਿਆਦਾ ਵੇਸਟ ਹੋਏ ਤੇ ਇਹ ਸਾਰੀ ਚੀਜ਼ਾਂ ਇਦਾਂ ਕੀ ਹੋਇਆ ਸੀ ਉਹਦੇ ਬਾਰੇ ਪੜਦੇ ਆ ਵੇਖੋ ਜਿਹੜਾ ਮੁਹੰਮਦ ਬਿਨ ਤੁਗਲਕ ਸੀ ਪਹਿਲਾਂ ਤੁਹਾਨੂੰ ਇੱਕ ਇਹਦੇ ਬਾਰੇ ਫੈਕਟ ਦੱਸਦਾ ਹੈ ਇਹ ਫੈਕਟ ਯਾਦ ਰੱਖਿਓ ਇਹ ਤੁਹਾਨੂੰ ਕਦੇ ਪੇਪਰ ਵਿੱਚ ਆ ਸਕਦਾ ਹੈ ਮੁਹੰਮਦ ਬਿਨ ਤੁਗਲਕ ਸਾਰੇ ਹਜੇ ਤੱਕ ਜਿੰਨੇ ਵੀ ਦਿੱਲੀ ਸੁਲਤਾਨ ਆਪਾਂ ਪੜੇ ਐ ਤੇ ਜਿੰਨੇ ਆਪਾਂ ਨਹੀਂ ਵੀ ਪੜੇ ਇਹ ਤਾਂ ਪਹਿਲਾ ਮਤਲਬ ਜਿੰਨੇ ਵੀ ਸੁਲਤਾਨ ਰਹੇ ਆ ਉਹ ਸਾਰਿਆਂ ਵਿੱਚੋਂ ਸਿਰਫ ਇਹੀ ਪੜਿਆ ਲਿਖਿਆ ਸੀ ਸਾਰੇ ਹਜੇ ਤੱਕ ਜਿੰਨੇ ਵੀ ਦਿੱਲੀ ਸੁਲਤਨਤ ਆਪਾਂ ਸੁਲਤਾਨ ਪੜੇ ਐ ਇਹ ਪਹਿਲਾ ਸੀ ਫਰਸਟ ਸੀ ਜਿਹੜਾ ਪੜਿਆ ਲਿਖਿਆ ਸੀ ਕਦੀ ਨਾ ਕਦੀ ਇਹ ਤੁਹਾਨੂੰ ਪ੍ਰੀਲਮਸ ਵਿੱਚ ਸਟੇਟਮੈਂਟ ਬਣ ਕੇ ਆ ਸਕਦੀ ਹੈ ਤਾਂ ਯਾਦ ਰੱਖਿਓ ਕਿ ਮੁਹੰਮਦ ਬਿਨ ਤੁਗਲਕ ਸਭ ਤੋਂ ਪਹਿਲਾ ਸੁਲਤਾਨ ਸੀ ਦਿੱਲੀ ਸਲਤਨਤ ਜਿਹੜਾ ਪੜੇ ਰਿਖਿਆ ਸੀ ਜੇ ਸਟੇਟਮੈਂਟ ਆਂਦੀ ਹੈ ਸਟੇਟਮੈਂਟ ਸਹੀ ਹੋਊਗੀ ਠੀਕ ਹੈ ਗਿਆਜ਼ੁਦਿਨ ਤੁਗਲਕ ਦਾ ਇਹ ਸਭ ਤੋਂ ਵੱਡਾ ਬੇਟਾ ਸੀ ਜਿਹਦੇ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਕਿ ਅਲਾਉਦਿਨ ਖਿਲਜੀ ਤੇ ਮਰਨ ਤੋਂ ਬਾਅਦ ਜਿਹੜੀ ਗੱਦੀ ਮਿਲੀ ਗਾਜ਼ੀ ਮਲਿਕ ਨੂੰ ਮਿਲੀ ਸੀ ਉਹਨਾਂ ਨੇ ਜਦੋਂ ਕੁਰਸੀ ਤੇ ਬੈਠੇ ਉਹਨਾਂ ਨੇ ਆਪਣਾ ਨਾਮ ਰੱਖਿਆ ਸੀ ਗਿਆਜ਼ੁਦਿਨ ਤੁਗਲਕ ਉਹਨਾਂ ਦੇ ਸਭ ਤੋਂ ਵੱਡੇ ਬੇਟੇ ਸੀਗੇ ਮੁਹੰਮਦ ਬਿੰਦ ਤੁਗਲਕ ਇਹਨਾਂ ਦੇ ਰਿਗਾਰਡਿੰਗ ਇੱਕ ਚੀਜ਼ ਕਹੀ ਜਾਂਦੀ ਹੈ ਕਿ ਦੇਖੋ origianlly ਕੁਰਸੀ ਗਿਆਜ਼ੋਦਨ ਤੁਗਲਕ ਨੂੰ ਮਿਲੀ ਸੀ ਹੁਣ ਇੱਕ ਚੀਜ਼ ਮੰਨਿਆ ਜਾਂਦਾ ਹੈ ਕਿ ਇਹਨਾਂ ਦੀ ਇੱਕ ਬੀਫ ਕੁਫੀ ਕਾਰਨ ਜਾਂ ਇਹਨਾਂ ਨੇ ਕੌਨਸਪੀਰੇਸੀ ਕੀਤੀ ਸੀ ਜਿਹਦੇ ਕਾਰਨ ਇਹਨਾਂ ਦੇ ਫਾਦਰ ਦੀ ਡੈਥ ਹੋ ਗਈ ਹੋਇਆ ਕਿ ਸੀ ਇਹਨਾਂ ਦੇ ਫਾਦਰ ਇੱਕ ਯੁੱਧ ਤੇ ਗਏ ਸੀ ਯੁੱਧ ਜਿੱਤ ਕੇ ਵਾਪਸ ਆ ਰਹੇ ਸੀ ਤੇ ਜਦੋਂ ਯੁੱਧ ਜਿੱਤ ਕੇ ਵਾਪਸ ਆ ਰਹੇ ਸੀ ਮੁਹੰਮਦ ਬਿਨ ਤੁਗਲਕ ਨੇ ਉਹਨੂੰ ਸੈਲੀਬ੍ਰੇਟ ਕਰਨ ਦਾ ਸੋਚਿਆ ਤੇ ਇੱਕ ਉਹਨੇ ਬਹੁਤ ਵੱਡਾ ਖੇਮਾ ਬਣਵਾਇਆ ਪਰ ਉਹਨੇ ਸਾਰਾ ਲੱਕੜ ਦਾ ਬਣਵਾਇਆ ਬਹੁਤ ਵੱਡਾ ਕੈਂਪ ਬੈਂਡ ਦੀ ਜਗਾ ਸਭ ਕੁਝ ਆਲੀਸ਼ਾਨ ਚੀਜ਼ ਬਣਵਾਈ ਕਿ ਅੱਜ ਇੱਥੇ ਸੈਲੀਬ੍ਰੇਸ਼ਨ ਹੋਗੀ ਪਰ ਉਹ ਸਭ ਕੁਝ ਲੱਕੜ ਦਾ ਬਣਵਾਇਆ ਸੀ ਹੁਣ ਹੋਇਆ ਕਿ ਮੁਹੰਮਦ ਬਿਨ ਤੁਗਲਕ ਸਵਾਗਤ ਲਈ ਖੜਾ ਵੀ ਹੋ ਗਿਆ ਕਿ ਆਓ ਗਿਆਜ਼ਦਨ ਤੁਗਲਕ ਆਪਣੇ ਫਾਦਰ ਦੇ ਸਵਾਗਤ ਤੇ ਉਹਨਾਂ ਦੇ ਨਾਲ ਜਿੰਨੇ ਵੀ ਉਹਨਾਂ ਦੇ ਮਿਲਟਰੀ ਦੇ ਕਮਾਂਡਰ ਸੀਗੇ ਉਹ ਸਾਰਿਆਂ ਨੂੰ ਕਿਹਾ ਕਿ ਤੁਸੀਂ ਚਲੋ ਅੰਦਰ ਮੈਂ ਤੁਹਾਡੀ ਸੇਵ ਦਾ ਪ੍ਰਬੰਧ ਦੇਖ ਕੇ ਮੈਂ ਵੀ ਅੰਨ ਹੁਣ ਜਦੋਂ ਸਾਰੇ ਉਹ ਲੱਕੜ ਦੇ ਸਾਰੇ ਸਟਰਕਚਰ ਦੇ ਅੰਦਰ ਗਏ ਉਹਨਾਂ ਦੇ ਕਿਉਂਕਿ ਇੱਡਾ ਭਾਰੀ ਆਰਮਰ ਸਭ ਕੁਝ ਪਾਇਆ ਹੁੰਦਾ ਸੀ ਤਲਵਾਰਾਂ ਇੰਨੀ ਭਾਰੀ ਹੁੰਦੀਆਂ ਸੀ ਤਾਂ ਜਦੋਂ ਸਾਰੇ ਅੰਦਰ ਗਏ ਉਹ ਜਿਹੜਾ ਲੱਕੜ ਦਾ ਸਾਰਾ ਸਟਰਕਚਰ ਹੈ ਉਹ ਕਹਿੰਦੇ ਉਹ ਕੰਬੜ ਲੱਗ ਗਿਆ ਸਾਰਾ ਦਾ ਸਾਰਾ ਉਹਨਾਂ ਦੇ ਉੱਤੇ ਗਿਰ ਗਿਆ ਜਿਸ ਦੇ ਕਾਰਨ ਗਿਆਜ਼ੁਦਿਨ ਤੁਗਲਕ ਦੀ ਮੌਤ ਹੋ ਗਈ ਹੁਣ ਇਹ ਤਾਂ ਯਾਤ ਮੁਹੰਮਦ ਬਿੰ ਤੁਗਲਕ ਦੀ ਬੇਫਿਕੂਫੀ ਸੀ ਕਿ ਉਹਨੇ ਸੋਚਿਆ ਨਹੀਂ ਕਿ ਇੰਨੇ ਭਾਰੀ आर्मर ਤੇ ਮੱਲੱਕੜ ਦੀ ਸਟਰਕਚਰ ਬਣਾਣੀ ਹੈ ਕਿਦਾਂ weight ਸੰਭਾਲੂਗਾ ਜਾਂ ਉਹਨੇ ਜਾਣਬੁੱਝ ਕੇ ਹੀ ਇਹ ਬਣਵਾਇਆ ਸੀ ਤਾਂ ਕਿ ਕਿਉਂਕਿ ਆਬਵੀਅਸਲੀ ਖੁਦ ਦੁਬਾਰਾ ਉਹ ਸੁਲਤਾਨ ਬਣ ਗਿਆ ਤੇ ਸ਼ਾਇਦ ਉਹ ਆਪਣੇ ਫਾਦਰ ਨੂੰ ਮਰਵਾਉਣਾ ਹੀ ਚਾਹੁੰਦਾ ਸੀ ਦੇਖੋ ਇਹ ਸੋਚਣ 'ਚ ਲੱਗਦਾ ਹੈ ਕਿ ਕੋਈ ਆਪਣੇ ਫਾਦਰ ਨੂੰ ਕਿਉਂ ਮਰਵਾ ਸਕਦਾ ਪਰ ਰਾਜਿਆਂ 'ਚ ਤੁਸੀਂ ਅਕਸਰ ਦੇਖੋਗੇ ਬਹੁਤ ਸਾਰੇ ਰਾਜਿਆਂ ਨੇ ਆਪਣੇ ਫਾਦਰ ਨੂੰ ਮਰਵਾਤਾ ਬਹੁਤ ਸਾਰੇ ਫਾਦਰਜ਼ ਨੇ ਕਈ ਵਾਰੀ ਜੇ ਗ੍ਰੈਂਡਫਾਦਰ ਨੇ ਸਿੱਧਾ ਗ੍ਰੈਂਡਸਨ ਨੂੰ ਠੀਕ ਹੈ ਆਪਣੇ ਪੋਤੇ ਨੂੰ ਕੁਰਸੀ ਦੇਤੀ ਤਾਂ ਫਾਦਰ ਵੀ ਕਈ ਵਾਰੀ ਲੜਾਈ ਤੇ ਉਤਰ ਜਾਂਦੇ ਸੀ ਤਾਂ ਪਾਵਰ ਇੱਕ ਇਦਾਂ ਦੀ ਚੀਜ਼ ਹੈ ਇਹ ਸਭ ਕੁਝ ਕਰਵਾ ਦਿੰਦੀ ਹੈ ਤਾਂ ਹੁਣ ਮੈਂ ਤੁਹਾਨੂੰ ਪੜ੍ਹੇ ਲਿਖੇ ਵੀ ਦੱਸ ਰਿਹਾ ਸੀ ਦੇਖੋ ਇੱਕ ਤਾਂ ਜਿਨ੍ਹਾਂ ਵੀ ਡਾਕਟਰੀ ਵਿੱਚ ਵੀ ਮੁਹੰਮਦ ਬਿਨ ਤੁਗਲਕ ਨੂੰ ਦਿਲਚਸਪੀ ਸੀ ਇਹਦੇ ਇਲਾਵਾ ਉਹਨੂੰ ਬਹੁਤ ਸਾਰੀਆਂ ਭਾਸ਼ਾਵਾਂ ਵੀ ਆਉਂਦੇ ਸੀ ਜਿਵੇਂ ਫਾਰਸੀ ਹੋ ਗਈ ਅਰਬੀ ਹੋ ਗਈ ਤੁਰਕੀ ਹੋ ਗਈ ਠੀਕ ਹੈ ਸੰਸਕ੍ਰਿਤ ਹੋ ਗਈ ਇਦਾਂ ਦੀ ਸਾਰੀ ਭਾਸ਼ਾਵਾਂ ਵਿੱਚ ਉਹਨੂੰ ਕਾਫੀ ਜ਼ਿਆਦਾ ਰੁਚੀ ਵੀ ਸੀਗੀ ਉਹਦੀ ਤੇ ਉਹਨੇ ਸਾਰੀਆਂ ਭਾਸ਼ਾਵਾਂ ਉਹਨੂੰ ਆਉਂਦੀਆਂ ਸੀ ਉਹ ਪਹਿਲਾ ਦਿੱਲੀ ਸਲਤਨਤ ਦਾ ਸੁਲਤਾਨ ਸੀ ਜਿਹੜਾ ਪੜ੍ਹਿਆ ਲਿਖਿਆ ਸੀ ਇਸ ਤੋਂ ਪਹਿਲਾਂ ਕੋਈ ਵੀ ਪੜ੍ਹਿਆ ਲਿਖਿਆ ਨਹੀਂ ਸੀ ਕਈ ਸਾਰੇ ਇੰਨੇ ਇਦਾਂ ਦੇ ਫੈਸਲੇ ਲਏ ਜਿਵੇਂ ਹਾਂ ਤੁਹਾਨੂੰ ਗਿਆਜ਼ੁਦਨ ਤੁਕ ਲਗਦਾ ਦੱਸਿਆ ਇੱਕ ਹੋਰ ਫੈਸਲਾ ਜਿਵੇਂ 1327 ਵਿੱਚ ਇਹਨੇ ਲਿਆ ਸੀ ਇਹਨੇ ਕੀ ਕੀਤਾ ਤੁਗਲਕ ਨੇ ਫੈਸਲਾ ਕੀਤਾ ਕਿ ਮੈਂ ਆਪਣੀ ਕੈਪੀਟਲ ਦਿੱਲੀ ਤੋਂ ਸ਼ਿਫਟ ਕਰਕੇ ਆਪਣੀ ਰਾਜਧਾਨੀ ਦਿੱਲੀ ਤੋਂ ਸ਼ਿਫਟ ਕਰਕੇ ਦੌਲਤਾਬਾਦ ਬਣਾ ਦੂੰਗਾ ਜੋ ਅੱਜ ਦੇ ਮਹਾਰਾਸ਼ਟਰ ਵਿੱਚ ਹੈ ਕਿ ਇੱਕ ਤਰੀਕੇ ਨਾਲ ਮੈਂ ਭਾਰਤ ਦੇ ਸੈਂਟਰ ਵਿੱਚ ਆ ਜਾਊਂਗਾ ਠੀਕ ਹੈ ਇਹ ਜਿੰਨਾ ਵੀ ਐਮਪਾਇਰ ਸੀਗਾ ਇੰਨਾ ਐਮਪਾਇਰ ਇੱਥੇ ਲੱਗੇ ਸਾਊਥ ਵਿੱਚ ਵੀ ਕੰਟਰੋਲ ਕਰਦਾ ਸੀ ਇਹਨੂੰ ਸੀਗਾ ਮੈਂ ਸੈਂਟਰ ਵਿੱਚ ਆ ਜਾਊਂਗਾ ਇੱਕ ਤਾਂ ਦੱਖਣ ਭਾਰਤ ਵੀ ਕੰਟਰੋਲ ਕਰਨਾ ਸੌਖਾ ਹੋ ਜਾਊਗਾ ਕਿਉਂਕਿ ਦਿੱਲੀ ਬੈਠੇ ਹੋਏ ਨਾਰਥ ਤੋਂ ਤੁਸੀਂ ਕੰਟਰੋਲ ਕਰ ਸਕਦੇ ਹੋ ਦੱਖਣ ਥੋੜਾ ਔਖਾ ਹੋ ਜਾਂਦਾ ਹੈ ਉਹਨੋਂ ਸੀਗਾ ਜ਼ਿਆਦਾ ਬੈਟਰ ਕੰਟਰੋਲ ਹੋਊਗਾ ਮੇਰੇ ਭਾਰਤ ਉੱਤੇ ਤੇ ਇਹਦੇ ਇਲਾਵਾ ਦੇਖੋ ਇਲਤੁਤਮਿਸ਼ ਦੇ ਰਾਜ ਤੋਂ ਹੀ ਲਗਾਤਾਰ ਭਾਰਤ ਵਿੱਚ ਮੰਗੋਲ ਦੇ ਹਮਲਿਆਂ ਦਾ ਖਤਰਾ ਬਣਿਆ ਹੋਇਆ ਸੀ ਤਾਂ ਉਹ ਮੁਹੰਮਦ ਬਿਨ ਤੁਗਲਕ ਦੇ ਟਾਈਮ ਆਂਦੇ ਹੋਏ ਇਹ ਤੱਕ ਹੋ ਗਿਆ ਸੀ ਕਿ ਦਿੱਲੀ ਤੱਕ ਵੀ ਹਮਲੇ ਹੋ ਜਾਂਦੇ ਸੀ ਮੁਹੰਮਦ ਬਿਨ ਤੁਗਲਕ ਖੁਦ ਦਿੱਲੀ ਵਿੱਚ ਬਹੁਤ ਬਦਨਾਮ ਸੀਗਾ ਕਿਉਂਕਿ ਹੁੰਦਾ ਕੀ ਸੀ ਜਦ ਵੀ ਥੋੜੇ ਮੰਗੋਲ ਉਹ ਹਮਲਾ ਕਰ ਰਹੇ ਹੁੰਦੇ ਸੀ ਇਨਵੇਡ ਕਰ ਰਹੇ ਹੁੰਦੇ ਸੀ ਲੁੱਟਮਾਰ ਕਰ ਰਹੇ ਹੁੰਦੇ ਸੀ ਮੁਹੰਮਦ ਬਿਨ ਤੁਗਲਕ ਆਪਣਾ ਸਾਰਾ ਕਿਲਾ ਬੰਦ ਕਰਵਾ ਲੈਂਦਾ ਸੀ ਆਪਣੇ ਆਪ ਨੂੰ ਸੇਫ ਕਰ ਲੈਂਦਾ ਸੀ ਬਾਕੀ ਸਾਰੀ ਦਿੱਲੀ ਲੁੱਟੀ ਜਾ ਰਹੀ ਆ ਮੁਹੰਮਦ ਬਿਨ ਤੁਗਲਕ ਪਰ ਅੰਦਰ ਬੈਠਾ ਰਹਿੰਦਾ ਸੀ ਸ਼ਾਂਤੋ ਠੀਕ ਹੈ ਕਿਉਂਕਿ ਉਹ ਇੰਨਾ ਜ਼ਿਆਦਾ ਇਸ ਚੀਜ਼ ਤੋਂ ਡਰਦਾ ਸੀ ਕਿ ਬਾਹਰ ਜਾਊਗਾ ਲੁੱਟਮਾਰ ਕਰ ਦੇ ਸੀ ਤੇ ਦਿੱਲੀ ਦੇ ਲੋਕ ਬਹੁਤ ਜ਼ਿਆਦਾ ਨਫ਼ਰਤ ਕਰਦੇ ਸੀ ਮੁਹੰਮਦ ਬਿਨ ਤੁਗਲਕ ਨੂੰ ਉਹਨਾਂ ਨੂੰ ਜਦੋਂ ਇਹਨੇ ਦੌਲਤਾਬਾਦ ਆਪਣੀ ਕੈਪੀਟਲ ਸ਼ਿਫਟ ਕੀਤੀ ਇਹਨੇ ਦਿੱਲੀ ਦੇ ਲੋਕਾਂ ਨੂੰ ਸਜ਼ਾ ਦੇਣ ਲਈ ਦਿੱਲੀ ਦੇ ਇੱਕ ਪੂਰੇ ਇਲਾਕੇ ਨੂੰ ਬੋਲਿਆ ਕਿ ਤੁਸੀਂ ਮੇਰੇ ਨਾਲ ਹੀ ਚਲੋਗੇ ਦੌਲਤਾਬਾਦ ਠੀਕ ਹੈ ਤਾਂ ਸਾਰਾ ਉਹ ਦਿੱਲੀ ਦਾ ਹਿੱਸਾ ਖਾਲੀ ਕਰਨ ਨੂੰ ਬੋਲਿਆ ਗਿਆ ਤੇ ਉੱਥੇ ਕਿਹਾ ਕਿ ਮੈਂ ਇੱਥੇ ਫੌਜ ਰੱਖਣੀ ਹੈ ਤੁਸੀਂ ਮੇਰੇ ਨਾਲ ਹੀ ਦੌਲਤਾਬਾਦ ਚਲੋ ਠੀਕ ਹੈ ਪਰ ਉਹਦਾ ਮੇਨ ਮਕਸਦ ਇਹ ਸੀ ਕਿ ਉਹ ਸਾਰਿਆਂ ਨੂੰ ਸਜ਼ਾ ਦੇ ਸਕਿਆ ਕਿ ਮੈਂ ਨਾਲ ਲੈ ਕੇ ਜਾ ਰਹੇ ਹਾਂ ਤੁਹਾਨੂੰ ਤੁਸੀਂ ਉੱਥੇ ਨਹੀਂ ਰਹਿ ਸਕਦੇ ਤੁਸੀਂ ਨਾਲ ਹੀ ਰਹੋਗੇ ਮੇਰੇ ਉਹਨਾਂ ਨੂੰ ਪੂਰੇ ਰਸਤੇ ਦਾ ਇਹਨੇ ਜਾਂਦੇ ਪਰ ਪ੍ਰੋਪਰ ਇੰਤਜ਼ਾਮ ਕੀਤਾ ਕਿੱਥੇ ਰਹਿਣਾ ਹੈ ਸਰਾਏ ਬਣਵਾਏ ਖਾਣ ਪੀਣ ਦਾ ਇੰਤਜ਼ਾਮ ਕੀਤਾ ਸਭ ਨੂੰ ਦੌਲਤ ਬੱਦ ਲੈ ਗਈ ਪਰ ਹੋਇਆ ਕਿ 5 ਸਾਲ ਦੇ ਅੰਦਰ ਅੰਦਰ ਇਹਨੂੰ ਵਾਪਸ ਮੁੜਨਾ ਪਿਆ ਔਰ 2 ਸਾਲ ਦੇ ਅੰਦਰ ਸੌਰੀ ਵਾਪਸ ਮੁੜਨਾ ਪਿਆ ਇਹਨੂੰ 2 ਸਾਲ ਦੇ ਅੰਦਰ ਅੰਦਰ ਵਾਪਸ ਕਿਉਂ ਮੁੜਨਾ ਪਿਆ ਕਿਉਂਕਿ ਸਾਊਥ ਵਿੱਚ ਹੋਇਆ ਕਿ ਇੱਥੇ ਨਾ ਸਾਊਥ ਵਿੱਚ ਥੋੜੇ ਬਗਾਵਤ ਹੋ ਗਈਆਂ ਤੇ ਇੱਥੇ ਸਾਰਾ Empire ਆਹ ਕੰਟਰੋਲ ਤੋਂ ਛੁੱਟ ਗਿਆ ਦੇਖੋ ਜਿਹੜਾ ਹੈ ਨਾਰਥ ਵਿੱਚ ਭੱਜਿਆ ਸੀ ਕਿ ਮੈਨੂੰ ਮੰਗੋਲ ਤੋਂ ਖਤਰਾ ਹੈ ਇੱਥੇ ਹੁਣ ਸਾਊਥ ਵਿੱਚ ਵੀ ਹੋਰ ਕਿੰਗਡਮ ਆ ਗਏ ਆ ਇਹ ਵੀ ਬਿਲਕੁਲ ਇਹਦੇ ਕੈਪੀਟਲ ਦੇ ਕੋਲੇ ਆ ਗਏ ਇੰਨਾ ਤੋਂ ਵੀ ਹੁਣ ਖਤਰਾ ਹੋ ਗਿਆ ਦੂਜੀ ਚੀਜ਼ ਜਿਹੜਾ ਦੌਲਤਾਬਾਦ ਹੈ ਇਹਦੇ ਆਸ-ਪਾਸ ਮਹਾਮਾਰੀ ਫੈਲੀ ਠੀਕੇ ਤਾਂ ਜੀ ਲੋਕੀ ਮਰਨ ਲੱਗ ਗਏ ਕੋਈ ਕਾਰਨ ਨਹੀਂ ਸਮਝ ਆ ਰਿਹਾ ਕੋਈ ਇਲਾਜ ਨਹੀਂ ਕੰਮ ਕਰ ਰਿਹਾ ਤੇ ਇਹਨੇ ਸਾਰੇ ਲੋਕਾਂ ਨੂੰ ਬੋਲਿਆ ਕਿ ਵਾਪਸ ਦਿੱਲੀ ਚੱਲੋ ਇੱਥੇ ਨਹੀਂ ਰਹਿ ਪਾਵਾਂਗੇ ਤਾਂ ਹੁਣ ਦੇਖੋ ਕਿੰਨਾ ਖਰਚਾ ਕੀਤਾ ਇੱਕ ਨਵੀਂ ਰਾਜਧਾਨੀ ਬਣਵਾਈ ਲੋਕਾਂ ਨੂੰ ਸ਼ਿਫਟ ਕਰਨ ਦਾ ਖਰਚਾ ਕੀਤਾ ਸਭ ਕੀਤਾ ਪਰ 2 ਸਾਲ ਬਾਅਦ ਹੀ ਛੱਡਣਾ ਪੈ ਗਿਆ ਵਾਪਸ ਜਾਣਾ ਪੈ ਗਿਆ ਹੁਣ ਵਾਪਸ ਜਾਂਦੇ ਹੋਏ ਲੋਕਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਸੀ ਕਿਉਂਕਿ ਭੱਜੇ ਹੀ ਸੀਗੇ ਮਹਾਮਾਰੀ ਫੈਲ ਗਈ ਉਹ ਤਾਂ ਬਚਣ ਨਹੀਂ ਪੱਜਈ ਐ ਰਸਤੇ 'ਚ ਬਹੁਤ ਸਾਰੇ ਲੋਕ ਹੋਰ ਵੀ ਮਾਰੇਗੇ ਤਾਂ ਪਹਿਲਾਂ ਹੀ ਲੋਕ ਕਿਤੁ ਖੁਸ਼ ਨਹੀਂ ਸੀ ਹੋਰ ਜ਼ਿਆਦਾ ਇਤਨਾ ਨਰਾਜ਼ ਹੋਗੇ ਠੀਕ ਐ ਇ ਤੋਂ ਬਾਅਦ ਸਿੱਕੇ ਦੀ ਸਿੱਕਿਆਂ ਦੀ ਗਲਤੀ ਕੀਤੀ ਸੀ ਇਹਨੇ ਦੇਖੋ ਟੋਕਨ ਕਰੰਸੀ ਕੀ ਹੁੰਦੀ ਹੈ ਪਹਿਲਾਂ ਇੱਕ ਕਨਸੈਪਟ ਮੈਂ ਤੁਹਾਨੂੰ ਸਮਝਾ ਦਾਂ ਤੇ ਫਿਰ ਇਹਨੇ ਗਲਤੀ ਕੀ ਕੀਤੀ ਉਹ ਸਮਝਾਣਾ ਟੋਕਨ ਕਰੰਸੀ ਆਜ ਦੇ ਟਾਈਮ ਵਿੱਚ ਸਮਝਾਣਾ ਹੈ ਜਿਵੇਂ ਅੱਜ ਆਪਾਂ ਰੁਪਏ ਯੂਜ਼ ਕਰਦੇ ਹਾਂ ਜਦੋਂ ਆਪਾਂ ਨੋਟ ਯੂਜ਼ ਕਰਦੇ ਹਾਂ ਹੁਣ ਮੈਂ ਇੱਕ ਕਾਗਜ਼ ਉੱਤੇ ਤੁਹਾਨੂੰ ਲਿਖ ਕੇ ਦੇ ਦਾਂ 10 ਰੁਪਏ ਦਾ ਨੋਟ ਮੈਂ ਲਿਖ ਕੇ ਦੇ ਰਿਹਾ ਕੀ ਤੁਸੀਂ ਐਕਚੁਅਲੀ ਇਹਨੂੰ 10 ਰੁਪਏ ਮੰਨ ਲੋਗੇ ਨਹੀਂ ਮੰਨੋਗੇ ਤੁਸੀਂ ਕਹੋਗੇ ਸਰ ਇਹ ਤਾਂ ਇੱਕ ਕਾਗਜ਼ ਹੈ ਇਹਦਾ ਮੈਂ ਕੀ ਕਰੂੰਗਾ ਪਰ ਮੈਂ ਕਹਿ ਰਿਹਾ ਕਿ ਦੇਖੋ ਜਿਹੜਾ ਤੁਹਾਡੇ ਕੋਲ ਨੋਟ ਹੈ ਨੋਟ ਵੀ ਤਾਂ ਕਾਗਜ਼ ਹੀ ਹੈ ਤੇ ਤੁਸੀਂ ਉਹਨੂੰ ਕਿਉਂ 10 ਰੁਪਏ ਮੰਨ ਰਹੇ ਹੋ ਤੇ ਮੇਰੇ ਕਾਗਜ਼ ਨੂੰ 10 ਰੁਪਏ ਕਿਉਂ ਨਹੀਂ ਮੰਨ ਰਹੇ ਹੈਗੇ ਤਾਂ ਦੋਨੋਂ ਹੀ ਕਾਗਜ਼ ਉੱਤੇ ਲਿਖੇ ਹੋਏ ਬਸ ਸਰਕਾਰ ਨੇ ਥੋੜਾ ਫੈਂਸੀ ਦਿੱਤਾ ਮੈਂ ਵੀ ਕੁਝ ਪ੍ਰਿੰਟ ਕਰ ਦਿੰਨੇ ਇਹਦੇ ਉੱਤੇ ਮੈਂ ਵੀ ਬਣਾ ਦਿੰਨਾ ਪਰ ਤਾਂ ਵੀ ਨਹੀਂ ਤੁਸੀਂ ਲਓਂਗੇ ਕਿਉਂ ਇਦਾਂ ਕਿਉਂ ਆ ਦੇਖੋ ਸਰਕਾਰ ਗਾਰੰਟੀ ਦਿੰਦੀ ਹੈ ਮਤਲਬ ਉਹ ਨੋਟ ਜੋ ਹੈ ਹੈਗਾ ਉਹ ਕਾਗਜ਼ ਹੀ ਹੈ ਬਸ ਉਹਦੇ ਉੱਤੇ ਸਰਕਾਰ ਨੇ ਗਾਰੰਟੀ ਦਿੱਤੀ ਹੈ ਕਿ 10 ਰੁਪਏ ਦਾ ਨੋਟ ਤੁਸੀਂ ਜਦ ਵੀ ਮਾਰਕੀਟ ਚ ਲੈ ਕੇ ਜਾਓਗੇ ਤੁਹਾਨੂੰ 10 ਰੁਪਏ ਦੀ ਚੀਜ਼ ਜੋ ਤੁਸੀਂ ਖਰੀਦਣੀ ਹੈ ਤੁਹਾਨੂੰ 10 ਰੁਪਏ ਦੀ ਵੈਲਿਊ ਮਿਲ ਜੂਗੀ 10 ਰੁਪਏ ਲੈ ਕੇ ਜਾ ਰਹੇ ਹੋ 10 ਰੁਪਏ ਦੀ ਤੁਹਾਨੂੰ ਵੈਲਿਊ ਇਹਦੇ ਵਿੱਚੋਂ ਮਿਲ ਜੂਗੀ ਉਸੇ ਤਰੀਕੇ ਨਾਲ ਮਤਲਬ ਉਹੀ ਚੀਜ਼ ਜੇ ਹੁਣ ਆਪਣੇ ਕੰਟੈਕਸਟ ਵਿੱਚ ਦੇਖੀਏ ਤਾਂ ਗੱਲ ਕੀ ਹੈ ਕਿ ਮੈਂ ਜਿਹੜਾ ਨੋਟ ਦੇ ਰਿਹਾ ਹੈਗਾ ਕਾਗਜ਼ੀ ਹੈ ਪਰ ਮੈਂ ਗਾਰੰਟੀ ਦੇਣ ਦੇ ਸਕਦਾ ਕਿ ਇਹ ਹੀ 10 ਦਾ ਕੋਈ ਜਿਹੜਾ ਇਹ ਨੋਟ ਹੈਗਾ ਕੋਈ ਹੋਰ ਵੀ ਲੈ ਲੂਗਾ ਨਹੀਂ ਲਊਗਾ ਠੀਕ ਹੈ ਪਰ ਜੇ ਤੁਸੀਂ ਸਰਕਾਰ ਦੇ ਨੋਟ ਦੀ ਵੀ ਮੇਕਿੰਗ ਦੇਖੋਗੇ ਹੈਗਾ ਤਾਂ ਕਾਗਜ਼ ਹੀ ਹੈ ਐਕਚੁਅਲੀ ਜਿਵੇਂ ਇਹਦੇ ਉੱਤੇ ਲੈਟਸ ਪੋਜ਼ ਜਿਵੇਂ ਆਪਣਾ 2000 ਦਾ ਵੀ ਨੋਟ ਆਂਦਾ ਹੈ ਹੁਣ ਐਕਚੁਅਲੀ ਜੇ ਤੁਸੀਂ ਉਹਦੀ ਪੂਰੀ ਮੇਕਿੰਗ ਦੇਖੋਗੇ ਜੋ ਦੇ ਉੱਤੇ ਇਨਕ ਲੱਗੀ ਹੋਈ ਹੈ ਜੋ ਦੇ ਉੱਤੇ ਕਾਗਜ਼ ਹੈ ਉਹਦੀ ਐਕਚੁਅਲੀ ਵੈਲਿਊ 2000 ਥੋੜੀ ਹੈ ਪਰ ਆਪਾਂ ਇਹਨੂੰ 2000 ਦਾ ਨੋਟ ਮੰਨ ਰਹੇ ਹਾਂ ਕਿਉਂਕਿ ਸਰਕਾਰ ਕਹਿ ਰਹੀ ਹੈ ਕਿ ਇਹ 2000 ਦਾ ਨੋਟ ਹੈ ਤੇ ਇਹਨੂੰ ਮਾਰਕੀਟ ਵਿੱਚ ਤੁਸੀਂ ਲੈ ਕੇ ਜਾਓਗੇ 2000 ਇਹ ਤੁਹਾਨੂੰ ਵੈਲਿਊ ਮਿਲੂਗਾ ਇਦਾਂ ਦੀ ਕੋਈ ਵੀ ਚੀਜ਼ ਜਿਹਦੀ ਐਕਚੁਅਲ ਜਿਹਦੀ ਅਸਲੀ ਜਿਹੜੀ ਵੈਲਿਊ ਹੈ ਉਹ ਮਾਰਕੀਟ ਚ ਨਹੀਂ ਹੈ ਹੈਗਾ ਤਾਂ ਕਾਗਜ਼ੀ ਨੇ ਕਾਗਜ਼ ਦੀ ਮਾਰਕੀਟ 100 ਰੁਪਏ ਦੀ ਵੈਲਿਊ ਨਹੀਂ ਹੈ ਠੀਕ ਹੈ ਪਰ ਉਹ ਤਾਂ ਜ਼ਿਆਦਾ দাম ਵਿੱਚ ਉਹ ਮਾਰਕੀਟ ਵਿੱਚ ਵਿਕ ਰਿਹਾ ਜਾਂ ਚੱਲ ਰਿਹਾ ਉਹ ਉਹਨੂੰ ਕਹਿੰਦੇ ਕਿ ਟੋਕਨ ਹੈ ਇੱਕ ਤਰੀਕੇ ਦਾ ਮੈਂ ਕਹਿ ਰਿਹਾ ਕਿ ਮੰਨ ਲਓ ਟੋਕਨ ਹੁੰਦਾ ਜਿਹਨੂੰ ਕਹਿੰਦੇ ਸਪੋਜ਼ ਕਰ ਲਓ ਗਿਆ ਹੀ ਠੀਕ ਹੈ ਤਾਂ ਆਪਾਂ ਜਿਹੜਾ 10 ਦਾ ਨੋਟ ਲੈ ਕੇ ਜਾ ਰਹੇ ਹਾਂ 10 ਦੇ ਨੋਟ ਦੀ ਐਕਚੁਅਲ ਵੈਲਿਊ 10 ਰੁਪਏ ਦੀ ਥੋੜੀ ਹੋ ਤਾਂ ਕੁਝ ਪੈਸੇ ਜੀ ਤਿਆਰ ਹੋ ਜਾਂਦਾ ਪਰ ਮੈਂ ਕਹਿ ਰਿਹਾ ਕਿ ਮੰਨ ਲਓ ਮੈਂ ਸਰਕਾਰ ਹਾਂ ਤਾਂ ਮੈਂ ਕਹਿ ਰਿਹਾ ਕਿ ਇਹਨੂੰ ਮਾਰਕੀਟ ਵਿੱਚ ਮੰਨ ਲਓ ਕਿ ਇਹ 10 ਰੁਪਏ ਦੇ ਬਰਾਬਰ ਹੈ ਤੇ ਜਿਹਦੇ ਕੋਲ ਇਹ ਹੈਗਾ ਉਹਨੂੰ 10 ਰੁਪਏ ਦੀ ਚੀਜ਼ ਦੇ ਦਿਓ ਤੇ ਜਿਹਨੂੰ ਚਾਹੀਦਾ ਉਹ ਬਸ ਇਹ ਲੈ ਕੇ ਰੱਖ ਲਓ ਇਹਨਾਂ ਨੂੰ ਕਹਿੰਦੇ ਟੋਕਨ ਕਰੰਸੀ ਇਹ ਕਿਉਂ ਲਾਗੂ ਕੀਤੀ ਗਈ ਹੈ ਕਿਉਂਕਿ ਦੁਨੀਆ ਵਿੱਚ ਸੋਨੇ ਤੇ ਚਾਂਦੀ ਦੀ ਜਦੋਂ ਕਮੀ ਪੈਣ ਲੱਗੀ ਤਾਂ ਕਿਸੇ ਤਰੀਕੇ ਨਾਲ ਤਾਂ ਪੂਰੀ ਕਰਨੀ ਸੀ ਹੁਣ ਕੁਝ ਤਾਂ ਐਕਸਚੇਂਜ ਕਰਨੀ ਚਾਹੀਦਾ ਹੈ ਨਾ ਤਾਂ ਆਪਾਂ ਸੋਨੇ ਤੇ ਚਾਂਦੀ ਦੇ ਸਿੱਕੇ ਦੀ ਜਗ੍ਹਾ ਹੋਰ ਆਲਟਰਨੇਟਿਵ ਲੈ ਕੇ ਆਣ ਲੱਗੇ ਕਿ ਜਿਨ੍ਹਾਂ ਦੀ ਵੈਲਿਊ ਆਪੋਂ ਉਹਨਾਂ ਦੇ ਬਰਾਬਰ ਮੰਨੀ ਠੀਕ ਹੈ ਤਾਂ ਮੁਹੰਮਦ ਬਿੰਤ ਤੁਗਲਕ ਨੇ ਵੀ ਦੇਖੋ ਉਹਦੇ ਟਾਈਮ ਤੇ ਵੀ ਸੋਨੇ ਤੇ ਚਾਂਦੀ ਦੀ ਕਮੀ ਪਈ ਹੋਈ ਸੀ ਉਹਨੇ ਕੀ ਕੀਤਾ ਪਿੱਤਲ ਤੇ ਤਾਂਬੇ ਦੇ ਸਿੱਕੇ ਜਾਰੀ ਕੀਤੇ ਕਿ ਪਿੱਤਲ ਥੋੜਾ ਮੰਨਿਆ ਜਾਊਗਾ ਸੋ ਸਿਲਵਰ ਦੇ ਸਿੱਕੇ ਦੇ ਮੁਤਾਬਿਕ ਤੇ ਤਾਂਬੇ ਥੋੜੇ ਸੋਨੇ ਦੇ ਸਿੱਕੇ ਦੇ ਮੁਤਾਬਿਕ ਮੰਨਿਆ ਜਾਊਗਾ ਠੀਕ ਹੈ ਤੇ ਇਹ ਜਦੋਂ ਸਿੱਕੇ ਜਿਹੜੇ ਹੈਗੇ ਆ ਇਹਨਾਂ ਨੂੰ ਮੰਨੋ ਕਿ ਇਹ ਸੋਨੇ ਤੇ ਚਾਂਦੀ ਦੇ ਸਿੱਕਿਆਂ ਦੇ ਬਰਾਬਰ ਆ ਹੁਣ ਆਪਣੇ ਆਪ ਦੇਖੋ ਪਹਿਲੀ ਵਾਰੀ ਨਹੀਂ ਸੀ ਭਾਰਤ ਵਿੱਚ ਜਿਵੇਂ ਤੁਹਾਨੂੰ ਸਟੇਟਮੈਂਟ ਦਿੱਤਾ ਪਹਿਲੀ ਵਾਰੀ ਨਹੀਂ ਸੀ ਕਿ ਕੋਈ ਰਾਜਾ ਟੋਕਨ ਕਰੰਸੀ ਜਾਰੀ ਕਰ ਰਿਹਾ ਸੀ ਕਰ ਸਕਦੇ ਪਹਿਲਾਂ ਵੀ ਕਰਦੇ ਆਏ ਤੇ ਅੱਜ ਵੀ ਆਪਾਂ ਟੋਕਨ ਕਰੰਸੀ ਚਲਾ ਰਹੇ ਆ ਆਈਡੀਆ ਗਲਤ ਨਹੀਂ ਹੈ ਗਲਤੀ ਕਿੱਥੇ ਹੋਈ ਇਹਨੇ ਇਹਨੇ ਜਿਹੜੇ ਸਿੱਕੇ ਬਣਵਾਏ ਉਹ ਤਾਂ ਇੱਕ ਤਾਂ ਪਹਿਲਾਂ ਵਕ ਵਕ ਅਕਾਰਾਂ ਦੇ ਉਹ ਤੋਂ ਬਾਅਦ ਵਕ ਵਕ ਉਹਨਾਂ ਦੇ ਸਾਈਜ਼ ਅਡਰਡ ਸੀ ਉਹਨਾਂ ਦੀ ਸ਼ੇਪ ਅਡਰਡ ਸੀ ਸਭ ਕੁਝ ਉਹਨਾਂ ਦਾ ਅਡਰਡ ਸੀ ਮਤਲਬ ਕੁਝ ਵੀ ਤੇ ਉਹਨਾਂ ਉੱਤੇ ਜਿਹੜਾ ਡਿਜ਼ਾਈਨ ਦੇਖੋ ਜਿਹੜਾ ਆਪਾਂ ਤੁਸੀਂ ਰੁਪਏ ਦਾ ਵੀ ਸਿੱਕਾ ਦੇਖੋਗੇ ਉਹਦੇ ਤਾਂ ਪੂਰਾ ਕੰਪਲਿਕਟਿਡ ਡਿਜ਼ਾਈਨ ਬਣਿਆ ਹੁੰਦਾ ਹੈ 1 ਰੁਪਏ ਦਾ ਸਿੱਕਾ ਲ ਦੇ ਆਸਪਾਸ ਪੂਰਾ ਡਿਜ਼ਾਈਨ ਸਭ ਕੁਝ ਉਹ ਇਸੇ ਲਈ ਹੁੰਦਾ ਕਿ ਕੋਈ ਆਮ ਬੰਦਾ ਆਸਾਨੀ ਨਾਲ ਇਹਨੂੰ ਕਾਪੀ ਨਾ ਕਰ पाए ਠੀਕ ਹੈ ਨਹੀਂ ਤਾਂ ਮੈਟਲ ਤਾਂ ਸਾਰਿਆਂ ਦੇ ਘਰੇ ਹੈ ਹਰ ਕੋਈ ਘਰ ਹੀ ਸਿੱਕੇ ਬਣਾਉਣ ਲੱਗ ਜਾਊਗਾ ਤਾਂ ਇਹਨੂੰ ਮੁਸ਼ਕਿਲ ਬਣਾਇਆ ਜਾਂਦਾ ਤਾਂ ਕਿ ਹਰ ਕੋਈ ਕਾਪੀ ਨਾ ਕਰ ਸਕੇ ਹੁਣ ਹੋਇਆ ਕਿ ਜਿਹੜਾ ਥੋੜਾ ਮੁਹੰਮਦ ਬਿਨ ਤੁਗਲਕ ਸੀ ਇਹਨੇ ਸਿੱਕਿਆਂ ਦਾ ਜਿਹੜਾ ਡਿਜ਼ਾਈਨ ਪਹਿਲਾਂ ਤਾਂ ਅੱਡ ਅੱਡ ਸਾਈਜ਼ ਦੇ ਸਿੱਕੇ ਬਣਵਾਤੇ ਅੱਡ ਅੱਡ ਸ਼ੇਪ ਦੇ ਸਿੱਕੇ ਬਣਵਾਤੇ ਕੋਈ ਫਾਈਨ ਚੰਗੇ ਸਿੱਕੇ ਨਹੀਂ ਬਣਵਾਏ ਤੇ ਦੂਜੇ ਇਹਨੂੰ ਤੇ ਡਿਜ਼ਾਈਨ ਬਹੁਤ ਸਿੰਪਲ ਜਿਹਾ ਰੱਖਿਆ ਹੁਣ ਹਰ ਬੰਦੇ ਨੇ ਦੇਖਿਆ ਕਿ ਮੇਰੇ ਘਰੇ ਵੀ ਪਿੱਤਲ ਤੇ ਤਾਂਬਾ ਦਪਿਆ ਹੀ ਹੈ ਮੈਂ ਘਰੋਂ ਚੱਕਾ ਇਹਨਾਂ ਨੂੰ ਮੈਲਟ ਕਰਾਂ ਖੁਦ ਘਰੇ ਸਿੱਕੇ ਬਣਾ ਲੈ ਕੰਮ ਕਰਨ ਦੀ ਲੋੜ ਕੀ ਰਹੇਗੀ ਤਾਂ ਹਰ ਬੰਦੇ ਨੇ ਘਰੇ ਹੀ ਸਿੱਕੇ ਬਣਾਉਣੇ ਸ਼ੁਰੂ ਕਰ ਲਏ ਘਰੇ ਹੀ ਸਭ ਕੁਝ ਕਰਨਾ ਸ਼ੁਰੂ ਕਰ ਲਿਆ ਤਾਂ ਬਸ ਆਪਣੇ ਆਪ ਜਿਹੜਾ ਸਾਰਾ ਸਾਰਾ ਲੋਕਾਂ ਨੇ ਜੋ ਘਰੇ ਸਿੱਕੇ ਸਿੱਕੇ ਬਣਾਉਣੇ ਸ਼ੁਰੂ ਕਰਦੇ ਸਾਰੀ ਆਰਥਿਕਤਾ ਹੀ ਬਰਬਾਦ ਹੋ ਗਈ ਕਿਉਂਕਿ ਫੇਰ ਜਦੋਂ ਮਾਰਕੀਟ ਦੀ ਨਿਊਜ਼ ਜਿਵੇਂ ਆਪਣੀ ਵੀ ਫੈਲਦੀ ਹੈ ਕਿ ਲੈਟਸ ਪੋਜ਼ ਆ ਫਲਾਨਾ ਕੋਈ ਨੋਟ ਹੈ ਜਿਹੜਾ ਬਹੁਤ ਸਾਰਾ ਨਕਲੀ ਚੱਲ ਰਿਹਾ ਲੋਕੀ ਲੈਣਾ ਬੰਦ ਕਰ ਦਿੰਦੇ ਆ ਜਦੋਂ ਇੱਥੇ ਬਾਰੇ ਚੱਲ ਰਿਹਾ ਕਿ ਸਾਰੇ ਸਿੱਕੇ ਹੀ ਜ਼ਿਆਦਾਤਰ ਮਾਰਕੀਟ ਚ ਨਕਲੀ ਚੱਲ ਰਹੇ ਆ ਲੋਕਾਂ ਨੇ ਕਿਉਂ ਲੈਣੇ ਵਪਾਰੀਆਂ ਨੇ ਲੈਣੇ ਬੰਦ ਕਰਤੇ ਫਾਈਨਲੀ ਜਿਹੜਾ ਮੁਹੰਮਦ ਬਿੰਦ ਤੁਗਲਕ ਹੈ ਇਹਨੂੰ ਸਾਰਿਆਂ ਨੂੰ ਕਹਿਣਾ ਪੈਗੇ ਪਿੱਤਲ ਤੇ ਤਾਂਬੇ ਦੇ ਸਿੱਕੇ ਬੰਦ ਹੁੰਦੇ ਆ ਸੋਨੇ ਚਾਂਦੀ ਤੇ ਹੀ ਦੁਬਾਰਾ ਜਾਵਾਂਗੇ ਤੇ ਜਿਨ੍ਹਾਂ ਕੋਲ ਹੈਗੇ ਆ ਮੈਨੂੰ ਦੇ ਦਿਓ ਉਹਦੇ ਬਦਲੇ ਮੈਂ ਸੋਨਾ ਚਾਂਦੀ ਜਾਰੀ ਕਰ ਦੂੰ ਤੇ ਲੋਕਾਂ ਨੇ ਆਪਣੇ ਨਕਲੀ ਸਿੱਕੇ ਵੀ ਦੇਤੇ ਇਹਨੂੰ ਤੇ ਉਹਦੇ ਬੱਲੇ ਸੋਨਾ ਚਾਂਦੀ ਮਿਲ ਗਿਆ ਇਹਦੇ ਨਾਲ ਸਰਕਾਰ ਦੇ ਜਿਹੜਾ ਇਹਨਾਂ ਦਾ ਖਜ਼ਾਨਾ ਸੀਗਾ ਉਹਦਾ ਹੋਰ ਜ਼ਿਆਦਾ ਨੁਕਸਾਨ ਹੋਇਆ ਤਾਂ ਮੁਹੰਮਦ ਬਿਨ ਤੁਗਲਕ ਦਾ ਪੂਰਾ ਰਾਜ ਇਤਾਂ ਦੀ ਗਲਤੀਆਂ ਨਾਲ ਭਰਿਆ ਪਿਆ ਤਾਂ ਬਹੁਤ ਸਾਰੇ ਫੈਸਲੇ ਜਿਵੇਂ ਦੌਲਤਾਬਾਦ ਜਾਣ ਦਾ ਫੈਸਲਾ ਸਹੀ ਹੋ ਸਕਦਾ ਸੀ ਠੀਕ ਹੈ ਹਰ ਟੋਕਨ ਕੋਰੈਂਸੀ ਦਾ ਫੈਸਲਾ ਸਹੀ ਹੋ ਸਕਿਆ ਪੂਰੀ ਚੰਗੀ ਤਰ੍ਹਾਂ ਲਾਗੂ ਨਹੀਂ ਕੀਤੇ ਗਿਆ ਇਸ ਕਾਰਨ ਇਹ ਬਹੁਤ ਵੱਡੀ ਗਲਤੀ ਹੈ ਤਾਂ ਹੀ ਕਹਿੰਦੇ ਜੋ ਕੰਮ ਕਰੋ ਫਿਰ ਚੰਗੀ ਤਰ੍ਹਾਂ ਉਹਨੂੰ ਕਰੋ ਠੀਕ ਹੈ ਤਾਂ ਕਿ ਐਂਡ ਤੱਕ ਰਿਜ਼ਲਟ ਆਵੇ ਨੈਕਸਟ ਹੁਣ ਮੁਗਲਾਂ ਬਾਰੇ ਪੜਦੇ ਹਾਂ ਦੇਖੋ ਮੁਗਲ ਬਾਬਰ ਸਭ ਤੋਂ ਪਹਿਲੇ ਮੁਗਲ ਰੂਲਰ ਸਿਗੇ ਜਿਹੜੇ ਭਾਰਤ ਵਿੱਚ ਆਏ ਸੀ ਉਹਨਾਂ ਨੂੰ ਭਾਰਤ ਚਾਣ ਲਈ ਉਸ ਟਾਈਮ ਲੋਧੀਆਂ ਦਾ ਰਾਜ ਸੀ ਲੋਧੀਆਂ ਬਾਰੇ ਆਪਾਂ ਬਾਅਦ ਚ ਪੜਾਂਗੇ ਆਪਾਂ ਦਿੱਲੀ ਸਲਤਨਤ ਹੈ ਜੇ ਪੂਰੀ ਡਿਟੇਲ ਹੋਰ ਵੀ ਹੈਗੀ ਆ ਉਹ ਜਦੋਂ ਮੱਧਕਾਲੀਨ ਭਾਰਤ ਡਿਟੇਲ ਸਬਜੈਕਟ ਪੜਾਂਗੇ ਉਹਦਾ ਕਵਰ ਕਰਾਂਗੇ ਠੀਕ ਹੈ ਪਾਣੀਪਤ ਜਿਹੜੀ ਪਹਿਲੀ ਲੜਾਈ ਹੋਈ ਸੀ ਉਹਦੇ ਬਾਅਦ ਬਾਬਰ ਦੀ ਜਿੱਤ ਹੋਈ ਸੀ ਤੇ ਉੱਥੋਂ ਆਏ ਸੀ ਜਿਹੜੇ ਬਾਬਰ ਸੀ ਦੇਖੋ ਬਾਬਰ ਦੇ ਜਿਹੜੇ ਕਿਹੜੇ ਵੰਸ਼ ਨੂੰ ਬਿਲੋਂਗ ਕਰ ਰਹੇ ਸੀ ਉਹਨਾਂ ਦੇ ਮਾਤਾ ਪਿਤਾ ਕਿਹੜੀ ਰੂਲਿੰਗ ਫੈਮਲੀ ਤੋਂ ਆਉਂਦੇ ਸੀ ਬਾਬਰ ਕਿਉਂਕਿ ਉਹ ਤੇ ਬਹੁਤ ਹੀ ਪ੍ਰਾਊਡ ਮਹਿਸੂਸ ਕਰਦਾ ਸੀ ਜਿਹੜੇ ਮਦਰ ਸਾਈਡ ਤੋਂ ਸੀਗੇ ਚੰਗੇਜ਼ ਖਾਨ ਦੇ ਮੰਗੋਲ ਸੀਗੇ ਉਹ ਦੇਖੋ ਜਿਹੜਾ ਮੁਗਲ ਵਰਡ ਆਇਆ ਨਾ ਮੁਗਲ ਵਰਡ ਇਹਨੂੰ ਇੰਗਲਿਸ਼ ਵਿੱਚ ਇਨ ਵਰਡਸ ਨੂੰ ਕਹਿੰਦੇ ਸਪੋਇਲਡ ਵਰਡ spoiled word ਦਾ ਮਤਲਬ ਕੀ ਹੁੰਦਾ ਕਿ originally ਇੱਕ word ਕੁਝ ਹੋਰ ਹੁੰਦਾ ਲੌਂਗ ਟਰਮ ਚ ਬੋਲ ਬੋਲ ਕੇ ਬੋਲ ਬੋਲ ਕੇ ਲੋਕਾਂ ਨੇ ਉਹਦਾ ਮਤਲਬ ਕੁਝ ਹੋਰ ਬਣਾਤਾ ਕਈ ਵਾਰੀ ਤੁਸੀਂ ਅੰਗਰੇਜ਼ੀ ਦੀ ਕਿਤਾਬਾਂ ਚ ਜਿਵੇਂ ਆਪਾਂ ਜਦੋਂ ਇੰਗਲਿਸ਼ ਵਿੱਚ ਲਿਖਦੇ ਆ ਉਹਦਾ ਆਪਾਂ ਮੁਗਲ ਇਦਾਂ ਲਿਖਿਆ ਹੁੰਦਾ ਪਰ ਕਈ ਅੰਗਰੇਜ਼ੀ ਕਿਤਾਬਾਂ ਇ ਤੁਸੀਂ ਮੰਗੋਲ ਵੀ ਪੜੋਗੇ ਇਹਨਾਂ ਦਾ ਨਾਮ ਠੀਕ ਹੈ ਇਹ ਕਿਉਂ ਆ ਇਹਨਾਂ ਨੂੰ ਸਪੋਇਲਡ ਵਰਡ ਕਹਿੰਦੇ ਬੇਸਿਕਲੀ ਕਿਉਂਕਿ ਇਹਨਾਂ ਦੇ ਵੰਸ਼ ਜਿਵੇਂ ਮੰਗੋਲਸ ਦੇ ਹੀ ਵੰਸ਼ਤ ਸੀਗੇ ਉਹਨਾਂ ਦੇ ਹੀ ਅੱਗੇ ਪਰਿਵਾਰ ਨੂੰ ਮਦਰ ਸਾਈਡ ਤੋਂ ਮਾਤਾ ਦੀ ਤਰਫ ਤੋਂ ਇਹ ਚੰਗੇਜ਼ ਖਾਨ ਤੋਂ ਡਾਇਰੈਕਟ ਸੰਬੰਧ ਰੱਖਦੇ ਸੀ ਠੀਕ ਹੈ ਤੇ ਪਿਤਾ ਦੇ ਵੱਲੋਂ ਭਾਰਤ ਵਿੱਚ ਜਿਹੜਾ ਕਾਫੀ ਬਦਨਾਮ ਰੂਲਰ ਰਿਹਾ ਤਾਇਮੂਰ ਠੀਕ ਹੈ ਤਾਇਮੂਰ ਤੁਹਾਡੇ ਅੱਜ ਦੇ ਈਰਾਨ ਇਰਾਕ ਤੇ ਟਰਕੀ ਦਾ ਰੂਲਰ ਸੀਗਾ ਤੇ ਉਹਨੂੰ ਕਿਉਂਕਿ ਉਹਨੇ ਭਾਰਤ 'ਤੇ ਬਹੁਤ ਵਾਰੀ ਹਮਲੇ ਕੀਤੇ ਬਹੁਤ ਵਾਰੀ ਰੇਡ ਪਾਈ ਹੈ ਤੇ ਇਦਾਂ ਵੀ ਕੀਤਾ ਕਿ ਦਿੱਲੀ ਵਿੱਚ ਇਦਾਂ ਵੀ ਹੋਇਆ ਕਿ ਲੋਕੀ ਕਹਿੰਦੇ ਕਿ ਜੋ ਤੈਮੂਰ ਨੇ ਇਨਵੇਡ ਕੀਤਾ ਯਮੁਨਾ ਲਾਲ ਕਰਤੀ ਸੀ ਨੇ ਲੋਕਾਂ ਨੂੰ ਮਾਰਿਆ ਸੀ ਇਸ ਕਰਕੇ ਉਹ ਬਹੁਤ ਬਦਨਾਮ ਹੈ ਤੇ ਇਹ ਜਿਹੜੀ ਸਾਰੀ ਚੀਜ਼ਾਂ ਸੀਗੀ ਫਾਦਰ ਸਾਈਡ ਤੋਂ ਉਹ ਤੈਮੂਰ ਨੂੰ ਬਿਲੋਂਗ ਕਰਦੇ ਸੀ ਤੇ ਮਦਰ ਸਾਈਡ ਤੋਂ ਉਹ ਚੰਗੇਜ਼ ਖਾਨ ਮੰਗੋਲ ਨੂੰ ਬਿਲੋਂਗ ਕਰਦੇ ਸੀ ਤੇ ਬਾਬਰ ਇਸ ਚੀਜ਼ ਨੂੰ ਕਾਫੀ ਪ੍ਰਾਊਡ ਮਹਿਸੂਸ ਕਰਦਾ ਸੀ ਬਾਬਰ ਨੇ ਆਪਣੇ ਖੁਦ ਦੀ ਕਿਤਾਬ ਲਿਖੀ ਹੈ ਬਾਬਰਨਾਮਾ ਖੁਦ ਆਪਣੀ ਆਟੋ ਬਾਇਓਗ੍ਰਾਫੀ ਲਿਖੀ ਹੈ ਤੇ ਇਹ ਹੀ ਇਤਿਹਾਸ ਦੀ ਬਹੁਤ ਹੀ ਇੰਪੋਰਟੈਂਟ ਕਿਤਾਬ ਬਣਦੀ ਕਿਉਂਕਿ ਬਾਬਰ ਨੇ ਜੋ ਚੀਜ਼ਾਂ ਲਿਖੀਆਂ ਨੇ ਦੇਖੋ ਰਾਜੇ ਜ਼ਾਤਰ ਨਹੀਂ ਤਾਂ ਆਪਣੀ ਤਾਰੀਫ਼ ਵਿੱਚ ਚੀਜ਼ਾਂ ਲਿਖਦੇ ਆ ਬਾਬਰ ਨੇ ਆਪਣੀਆਂ ਕਮੀਆਂ ਵੀ ਲਿਖੀਆਂ ਕਿੱਥੇ ਕਿੱਥੇ ਉਹ ਹਾਰਿਆ ਉਹ ਵੀ ਲਿਖਿਆ ਤਾਂ ਬਾਬਰ ਦੇ ਇਸ ਚੀਜ਼ ਤੋਂ ਪਰ ਚੱਲਦਾ ਉਹ ਤੇ ਕਾਫੀ ਅਕਾਊਂਟ ਸੱਚੇ ਹੀ ਹੈ ਠੀਕ ਹੈ ਕਿਉਂਕਿ ਉਹ ਸਾਰੀ ਆਪਣੀ ਉਹਨੇ ਗਲਤੀਆਂ ਭਰ-ਭਰ ਕੇ ਲਿਖੀਆਂ ਹੋਈਆਂ ਆਪਣੀਆਂ ਤਾਂ ਕਿਤੇ ਵੀ ਕੋਈ ਛੁਪਾ ਨਹੀਂ ਰਿਹਾ ਸੀ ਠੀਕ ਹੈ ਉਹਨੇ ਸਭ ਲਿਖਿਆ ਦੇਖੋ ਹੁਣ ਇੱਕ ਥੋੜੇ ਪ੍ਰੀਵਿਅਸ ਇਅਰ ਪੇਪਰ ਯੂਪੀਐਸਸੀ ਵਿੱਚ ਸਟੇਟਮੈਂਟ ਆਈ ਹੈ ਥੋੜੇ ਪੰਜਾਬ ਪੀਸੀਐਸ ਵਿੱਚ ਵੀ ਆ ਸਕਦੀ ਹੈ ਠੀਕੇ ਯਾ ਯੂਪੀਐਸਸੀ ਵਿੱਚ ਦੁਆਰਾ ਵੀ ਆ ਸਕਦੀ ਹੈ ਉਹ ਇਹ ਹੈ ਕਿ ਜਿਹੜੀ ਬਾਬਰ ਤੇ ਇਬਰਾਹਿਮ ਲੋਧੀ ਦੀ ਲੜਾਈ ਹੋਈ ਸੀ ਪਹਿਲੀ ਪਾਣੀਪਤ ਦਾ ਜਿਹੜਾ ਯੁੱਧ ਹੋਇਆ ਸੀ ਇਹਦੇ ਵਿੱਚ ਤੁਹਾਡੇ ਜਿਹੜੇ ਗੋਲਾ ਬਾਰੂਦ ਸੀਗਾ ਤੇ ਜਿਹੜੀ ਆਰਟਲਰੀ ਸੀਗੀ ਤੁਹਾਡੀ ਇਹ ਕਾਫੀ ਜ਼ਿਆਦਾ ਯੂਜ਼ ਕੀਤੀ ਗਈ ਸੀ ਪਰ ਕਈ ਵਾਰੀ ਸਟੇਟਮੈਂਟ ਕਨਫਿਊਜ਼ ਕਰਨ ਨੂੰ ਕੀ ਆ ਜਾਂਦੀ ਹੈ ਪਾਨੀਪੱਤ ਜਿਹੜਾ ਪਹਿਲੀ ਲੜਾਈ ਸੀ ਪਾਨੀਪੱਤ ਦੀ ਜਿਹੜੀ ਪਹਿਲੀ ਲੜਾਈ ਸੀ ਇਹਦੇ ਵਿੱਚ ਪਹਿਲੀ ਵਾਰ ਤੁਹਾਡੇ ਗੋਲਾ ਬਰੂਦ ਦੇ ਸਭ ਕੁਝ ਯੂਜ਼ ਹੋਇਆ ਉਹ ਸਟੇਟਮੈਂਟ ਗਲਤ ਹੈ ਹੋਇਆ ਕੀ ਸੀ ਦੇਖੋ ਬਾਬਰ ਦੀ ਸੇਨਾ ਨਾ ਬਹੁਤ ਛੋਟੀ ਸੀ ਇਬਰਾਹਿਮ ਲੋਦੀ ਦੇ ਸਾਹਮਣੇ ਬਹੁਤ ਛੋਟੀ ਸੀ ਤੇ ਸਾਫ਼ ਹੀ ਦਿਖ ਰਿਹਾ ਸੀ ਬਾਬਰ ਨੇ ਹਾਰ ਜਾਣਾ ਪਰ ਬਾਬਰ ਨੇ ਗੋਲਾ ਬਰੂਦ ਤੇ ਜਿਹੜੀ ਆਪਣੀ ਤੋਪਾਂ ਦਾ ਇਸਤੇਮਾਲ ਕੀਤਾ ਨਾ ਇੰਨੇ ਬਿਹਤਰੀਨ ਤਰੀਕੇ ਨਾਲ ਕੀਤਾ ਇਹ ਆਈ ਡੀ ਵੱਡੀ ਸੈਨਾ ਮਤਲਬ ਇਬਰਾਹਿਮ ਲੋਦੀ ਨੂੰ ਹਰਾਨ ਵਿੱਚੋਂ ਕਾਮਯਾਬ ਹੋਇਆ ਆਈ ਡੀ ਵੱਡੀ ਸੈਨਾ ਨੂੰ ਹਰਾਨ ਚ ਕਾਮਯਾਬ ਹੋਇਆ ਤਾਂ ਭਾਰਤ ਦੇ ਸਭ ਤੋਂ ਪਹਿਲੇ ਯੁੱਧ ਵਿੱਚੋਂ ਸੀਗਾ ਇਹ ਯੁੱਧ ਜਿੱਥੇ ਬਹੁਤ ਵੱਡੇ ਸਕੇਲ ਤੇ ਗੋਲਾ ਬਾਰੂ ਤੇ ਥੋੜੀ ਤੋਪਾਂ ਇਸਤੇਮਾਲ ਹੋਈਆਂ ਸੀ ਪਰ ਇਹ ਨਹੀਂ ਹੈ ਕਿ ਇਹ ਪਹਿਲੀ ਵਾਰੀ ਭਾਰਤ ਵਿੱਚ ਗੋਲਾ ਬਾਰੂ ਤੇ ਤੋਪਾਂ ਆ ਰਹੀਆਂ ਸੀ ਉਦੋਂ ਪਹਿਲਾਂ ਵੀ ਸੀਗੀਆਂ ਭਾਰਤ ਵਿੱਚ ਪਰ ਬਹੁਤ ਹੀ ਛੋਟੇ ਪੰਧਰ ਤੇ ਇਸਤੇਮਾਲ ਹੁੰਦਾ ਸੀ ਉਹਨਾਂ ਨੂੰ ਪਹਿਲੀ ਵਾਰੀ ਥੋੜੇ ਬਾਬਰ ਨੇ ਦਿਖਾਇਆ ਕਿ ਇੱਕ ਪੂਰੇ ਯੁੱਧ ਵਿੱਚ ਜੇ ਤੁਹਾਡੇ ਕੋਲ ਚੰਗੀ ਤਰ੍ਹਾਂ ਗੋਲਾ ਬਾਰੂਦ ਤੋਪਾਂ ਹੈਗੀਆਂ ਉਹ ਕਿਦਾਂ ਲੜਾਈ ਦਾ ਪੂਰਾ ਰੁੱਖ ਹੀ ਬਦਲ ਕਰਾ ਦੇ। ਠੀਕ ਹੈ ਹੁਣ ਇੱਕ ਲਾਸਟ ਫੈਕਟ ਦੱਸਾਂ ਦੇਖੋ ਜਿਹੜੇ ਭਾਰਤ ਦੇ ਜ਼ਾਹਤਰ ਥੋਡੇ ਕਿੰਗਡਮ ਰਹੇ ਆ ਉੱਥੇ ਗੱਦੀ ਕਿਦਾਂ ਮਿਲਦੀ ਸੀ ਜਿਹੜੇ ਰਾਜਾ ਬਣਦਾ ਸੀ ਉਹ ਕਿਦਾਂ ਰਾਜਾ ਬਣਦਾ ਸੀ ਉਸ ਸਿਸਟਮ ਨੂੰ ਕਰੰਦੇ ਆ ਪ੍ਰਾਈਮੋ ਜੈਨੇਟਰ ਜਿਹੜਾ ਭਾਰਤ ਵਿੱਚ ਪਹਿਲਾਂ ਐਗਜ਼ਿਸਟ ਕਰਦਾ ਸੀ ਜੇ ਤੁਸੀਂ ਇਦਾਂ ਵੀ ਡਿਵਾਈਡ ਕਰੋਗੇ ਕਿ Hindu kingdom ਤੇ Muslim kingdoms ਨੂੰ ਡਿਵਾਈਡ ਕਰੋਗੇ ਜਿਹੜੇ ਖਾਸ ਕਰ ਬਾਹਰੋਂ ਕਿੰਗਡਮ ਆਏ ਆ ਜਿਵੇਂ ਮੰਗੋਲਸ ਬਾਹਰੋਂ ਆਏ ਆ ਇਹਨਾਂ ਦੇ ਕਿੱਦਾਂ ਦਾ ਸਿਸਟਮ ਐਗਜ਼ਿਸਟ ਕਰਦਾ ਸੀ ਤੇ ਭਾਰਤ ਦੇ ਆਪਣੇ ਕਿੰਗਡਮਸ ਦਾ ਸਿਸਟਮ ਕਿੱਦਾਂ ਸੀ ਭਾਰਤ ਵਿੱਚ ਜ਼ਿਆਦਾਤਰ ਪ੍ਰਾਈਮੋ ਜੈਨੇਟਰ ਸਿਸਟਮ ਹੁੰਦਾ ਸੀ ਇਹਦਾ ਕੀ ਮਤਲਬ ਹੁੰਦਾ ਸੀ ਕਿ ਦੇਖੋ ਜਦੋਂ ਰਾਜਾ ਦੀ ਰਾਜੇ ਦੀ ਡੈਥ ਹੋਈ ਰਾਜੇ ਦੀ ਡੈਥ ਤੋਂ ਬਾਅਦ ਜਿੰਨੇ ਵੀ ਉਹਦੇ ਬੇਟੇ ਆ ਜਿਹੜਾ ਸਭ ਤੋਂ ਵੱਡਾ ਬੇਟਾ ਹੈ ਨਾ ਉਹ ਕੁਰਸੀ ਤੇ ਬਹਿ ਜਾਊਗਾ ਤੇ ਉਹ ਰਾਜਾ ਬਣ ਜਾਊਗਾ ਸਭ ਤੋਂ ਵੱਡੇ ਬੇਟੇ ਦਾ ਹੱਕ ਬਣੂਗਾ ਕੁਰਸੀ ਤੇ ਬੰਨ ਦਾ ਇਹ ਆਟੋਮੈਟਿਕਲੀ ਹੁੰਦਾ ਸੀ ਜਿਹੜਾ ਸਭ ਤੋਂ ਵੱਡਾ ਹੈ ਉਹ ਕੁਰਸੀ ਤੇ ਬੈਠੂਗਾ ਕਈ ਵਾਰੀ ਇਦਾਂ ਇਤਿਹਾਸ ਵਿੱਚ ਜ਼ਰੂਰ ਹੋਇਆ ਕਿ ਛੋਟੇ ਬੇਟੇ ਕਿਸੇ ਨੂੰ ਲੱਗਦਾ ਸੀ ਕਿ ਮੈਨੂੰ ਰਾਜਾ ਬਣਨਾ ਚਾਹੀਦਾ ਉਹਨੇ ਵਿਰੋਧ ਕਰਤਾ ਜਾਂ ਕਈ ਵਾਰੀ ਪਿਤਾ ਮਰਨ ਤੋਂ ਪਹਿਲਾਂ ਆਪਣੇ ਸਭ ਤੋਂ ਵੱਡੇ ਬੇਟੇ ਨੂੰ ਨਹੀਂ ਕਿਸੇ ਹੋਰ ਬੇਟੇ ਨੂੰ ਕੁਰਸੀ ਦੇ ਗਿਆ ਕਿ ਆਹ ਡਿਸਰਵ ਕਰ ਲੈ ਤੇ ਜਿੰਨੇ ਵੱਡੇ ਬੇਟੇ ਸੀਗੇ ਉਹਨਾਂ ਨੇ ਸਾਰਿਆਂ ਨੇ ਰਿਵੋਲਟ ਕਰਤਾ ਬਗਾਵਤ ਕਰਤੀ ਕਿ ਐਸੀ ਨਹੀਂ ਹੈ ਬਰਦਾਸ਼ਤ ਕਰਨਾ ਤੇ ਇਦਾਂ ਦੀਆਂ ਚੀਜ਼ਾਂ ਵੀ ਹੋਈਆਂ ਪਰ ਇੱਕ ਜਨਰਲ ਜਿਹੜਾ ਸਿਸਟਮ ਮੰਨਿਆ ਜਾਂਦਾ ਸੀ ਉਹ ਇਹੀ ਮੰਨਿਆ ਜਾਂਦਾ ਸੀ ਕਿ ਜਿਹੜਾ ਸਭ ਤੋਂ ਵੱਡਾ ਬੇਟਾ ਹੈ ਉਹ ਰਾਜਾ ਬਣੂਗਾ ਨੂੰ ਕਹਿੰਦੇ ਪ੍ਰਾਈਮੋ ਜੈਨੇਟਰ ਪ੍ਰਾਈਮੋ ਸਭ ਤੋਂ ਵੱਡਾ ਬੇਟਾ ਮੁਗਲ ਜਿਹੜਾ ਸਿਸਟਮ ਫੋਲੋ ਕਰਦੇ ਸੀ ਤੇ ਜਿੰਨੇ ਵੀ ਬਾਹਰੋਂ ਕਿੰਗਡਮ ਹੋਰ ਵੀ ਆਏ ਆ ਉੱਥੇ ਰਾਜੇ ਦੀ ਕੁਰਸੀ ਤੇ ਸਾਰੇ ਬੇਟਿਆਂ ਦਾ ਬਰਾਬਰ ਹੱਕ ਹੁੰਦਾ ਸੀ ਉੰਦਾ ਕਿ ਜਿਵੇਂ ਹੀ ਰਾਜੇ ਦੀ ਡੈਥ ਹੋਈ ਸਾਰੇ ਬੇਟੇ ਆਪਸ ਵਿੱਚ ਪੜਪਣਗੇ ਤੇ ਜਿਹੜਾ ਆਪਣੀ ਤਾਕਤ ਮਨਵਾ ਪਾਊਗਾ ਬਾਕੀਆਂ ਨੂੰ ਹਰਾ ਕੇ ਬਾਕੀਆਂ ਨੂੰ ਜਾਂ ਮਾਰ ਕੇ ਆਪਣੇ ਅੰਡਰ ਕਰਕੇ ਜਿਹੜਾ ਬੇਟਾ ਆਪਣੀ ਤਾਕਤ ਮਨਵਾ ਪਾਊਗਾ ਉਹੀ ਥੋੜਾ ਕੁਰਸੀ ਤੇ ਬੈਠੂਗਾ ਇਹਨੂੰ ਕਹਿੰਦੇ ਅਲਟੀਮੋ ਜੈਨੇਟਰ ਅਲਟੀਮੇਟ ਅਲਟੀਮੇਟਲੀ ਸਭ ਤੋਂ ਤਾਕਤਵਰ ਕੌਣ ਬਚਿਆ ਉਹਨੂੰ ਕਹਿੰਦੇ ਅਲਟੀਮੋ ਜੈਨੇਟਰ ਠੀਕ ਹੈ ਹੁਣ ਅੱਗੇ ਵੱਧਦੇ ਹੋਏ ਦੇਖੋ ਆਪਾਂ ਜੋ ਮੁਗਲ ਸਮਰਾਜ ਦੇ ਅਜੇ ਸਾਰੇ ਮੁਗਲਾਂ ਬਾਰੇ ਅਜੇ ਆਪਾਂ ਰਾਜਿਆਂ ਬਾਰੇ ਨਹੀਂ ਐਨਸੀਆਰਟੀ ਵਿੱਚ ਪੜ੍ਹਨਾ ਆਪਾਂ ਇਨ ਸਿਸਟਮਸ ਬਾਰੇ ਪੜ੍ਹਨਾ ਜੀਚੋ ਜ਼ਿਆਦਾ ਕੁਐਸਚਨ ਆਉਂਦੇ ਸਭ ਤੋਂ ਪਹਿਲਾਂ ਹੈਗਾ ਮੰਨਸਬਦਾਰ ਦਾ ਸਿਸਟਮ ਹੁਣੇ ਮੰਨਸਬਦਾਰ ਕੀ ਹੁੰਦੇ ਸ ਦੇਖੋ ਆਪਾਂ ਦਿੱਲੀ ਸਲਤਨਤ ਦੇ ਟਾਈਮ ਪੜ੍ਹਿਆ ਇਕਤਾ ਸਿਸਟਮ ਠੀਕ ਹੈ ਤੇ ਉਹਨਾਂ ਨੂੰ ਇਕਤਾ ਕੀ ਹੁੰਦਾ ਸੀ ਇਕਤਾ ਉਹ ਜ਼ਮੀਨ ਦਾ ਟੁਕੜਾ ਹੁੰਦਾ ਸੀ ਜਿੰਨੇ ਵੀ ਲੋਕ ਦਿੱਲੀ ਸਲਤਨਤ ਪਹਿਲਾਂ ਉੱਥੋਂ ਦਾ ਐਗਜ਼ਾਮਪਲ ਦੇਣਾ ਜਿੰਨੇ ਵੀ ਲੋਕ ਦਿੱਲੀ ਸਲਤਨਤ ਦੀ ਸੇਵਾ ਵਿੱਚ ਲੱਗੇ ਹੁੰਦੇ ਸੀ ਉਹਨਾਂ ਦੀ ਮਿਲਟਰੀ ਲਈ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਜਿੰਨੇ ਵੀ ਕੰਮ ਕਰਦੇ ਸੀ ਉਹ ਸਾਰਿਆਂ ਨੂੰ ਕੋਈ ਨਾ ਕੋਈ ਜਿੰਨੀ ਉਹਨਾਂ ਦੀ ਰਿਸਪੌਂਸਿਬਿਲਟੀ ਹੁੰਦੀ ਸੀ ਤਨਖਾਹ ਨਹੀਂ ਦਿੱਤੀ ਜਾਂਦੀ ਸੀ ਜ਼ਮੀਨ ਅਲੋਟ ਕਰ ਦਿੱਤੀ ਜਾਂਦੀ ਸੀ ਕਿ ਆਹ ਜ਼ਮੀਨ 'ਚੋਂ ਜਿੰਨਾ ਰੈਵਨਿਊ ਆਊਗਾ ਜਿੰਨਾ ਕਰ ਵਸੂਲ ਹੋਇਆ ਇਤੋਂ ਉਹ ਸਾਰਾ ਤੁਹਾਡਾ ਹੈ ਉਸ ਕਰ ਦੇ ਬਦਲੇ ਤੁਸੀਂ ਆਪਣੀ ਸਾਰੀ ਸੇਵਾਵਾਂ ਦੇ ਰਹੇ ਹੋ ਉਹ ਕਰ ਤੁਹਾਡੀ ਤਨਖਾਹ ਉਥੋਂ ਰੈਵਨਿਊ ਕਲੈਕਟ ਕਰ ਲੋ ਰੱਖ ਲੋ ਤੇ ਬਸ ਉਹ ਤੁਹਾਡਾ ਹੋਇਆ ਹੁਣ ਜਿਹੜੀ ਇਹ ਚੀਜ਼ ਹੈ ਇਹੀ ਸਿਸਟਮ ਤੁਹਾਡੇ ਮੁਗਲਾਂ ਨੇ ਵੀ ਕੀਤਾ ਬਸ ਥੋੜਾ ਜਿਹਾ ਇਹਨੂੰ ਹੋਰ ਐਡਵਾਂਸ ਕਰਤਾ ਇਹ ਇਕਤਾ ਦੇ ਨਾਮ ਤੇ ਉਹ ਕਹਿੰਦੇ ਸੀ ਇਹਨੂੰ ਮਨਸਬ ਤੇ ਇਕਤਾ ਜਗ੍ਹਾ ਇਹ ਮਨਸਬ ਕਹਿੰਦੇ ਸੀ ਤੇ ਉਹ ਇਕਤادار ਹੁੰਦਾ ਮਤਲਬ ਜਿਹਨੂੰ ਇਕਤਾ ਦੀ ਜ਼ਮੀਨ ਮਿਲਦੀ ਸੀ ਉਹ ਕਹਿੰਦੇ ਸੀ ਇਕਤਦਾਰ ਇੱਥੇ ਜਿਹਨੂੰ ਮਨਸਬ ਮਿਲਦਾ ਸੀ ਉਹਨੂੰ ਆਪਾਂ ਕਹਿੰਦੇ ਆ ਮਨਸਬਦਾਰ ਹੁਣ ਇਹਦੇ ਵਿੱਚ ਇੱਕ ਹੋਰ ਬਹੁਤ ਵੱਡਾ ਫਰਕ ਇਹ ਹੈ ਕਿ ਦੇਖੋ ਉਸ ਸਿਸਟਮ ਵਿੱਚ ਇਹ ਹੁੰਦਾ ਸੀ ਇਹ ਕਦੇ ਕੰਪੈਰੀਜ਼ਨ ਵਿੱਚ ਕੁਐਸਚਨ ਆ ਸਕਦੇ ਆ ਤਾਂ ਧਿਆਨ ਨਾਲ ਸੁਣਿਓ ਜਿਹੜਾ ਇਕਤਾ ਸਿਸਟਮ ਹੁੰਦਾ ਸੀ ਉੱਥੇ ਸਿਰਫ ਰੈਵਨਿਊ ਨਹੀਂ ਮਤਲਬ ਸਿਰਫ ਤੁਹਾਨੂੰ ਰੈਵਨਿਊ ਦੇ ਕੇ ਤੇ ਉਹਦੇ ਬਦਲੇ ਤੁਹਾਨੂੰ ਆਪਣੀ ਸਰਵਿਸਿਜ਼ ਨਹੀਂ ਦੇਣੀਆਂ ਹੁੰਦੀਆਂ ਸੀ ਜਿਹੜਾ ਉਹ ਤੁਹਾਨੂੰ ਜ਼ਮੀਨ ਅਲੋਟ ਕੀਤੀ ਆ ਉੱਥੇ ਲਾਅ ਐਂਡ ਆਰਡਰ ਉੱਥੇ ਕਿੱਦਾਂ ਦੀ ਤੁਹਾਡੇ ਹਾਲਾਤ ਆ ਕਿੱਦਾਂ ਦੀ ਐਡਮਿਨਿਸਟ੍ਰੇਸ਼ਨ ਆ ਤੁਹਾਨੂੰ ਸਭ ਕੁਝ ਚਲਾਉਣਾ ਉਤੋਂ ਉਹ ਵੀ ਚਲਾਣ ਉਦੇ ਬਦਲੇ ਤੁਹਾਨੂੰ ਕਿੰਨੇ ਸਵਾਰ ਮੇਨਟੇਨ ਕਰਨੂ ਕਿਹਾ ਮਤਲਬ ਕਿੰਨੇ ਘੋੜ ਸਵਾਰ ਮੇਨਟੇਨ ਕਰਨੂ ਕਿਹਾ ਕਿੰਨੇ ਫੌਜੀ ਮੇਨਟੇਨ ਕਰਨੂ ਕਿਹਾ ਇਹ ਸਭ ਦਾ ਖਰਚਾ ਚੱਕਣਾ ਤੁਹਾਨੂੰ ਜਿਹੜਾ ਮੰਤਸਬਦਾਰੀ ਸਿਸਟਮ ਸੀ ਇਹ ਤੁਹਾਨੂੰ ਆਹ ਸੇਵਾਵਾਂ ਤਾਂ ਦੇਣੀ ਸੀ ਕਿ ਤੁਸੀਂ ਕਿੰਨੇ ਫੌਜੀ ਰੱਖਣੇ ਆ ਕਿੰਨੇ ਘੋੜ ਸਵਾਰ ਰੱਖਣੇ ਆ ਪਰ ਉਸ ਇਲਾਕੇ ਦਾ ਲਾਅ ਐਂਡ ਆਰਡਰ ਮੇਨਟੇਨ ਕਰਨਾ ਤੁਹਾਡੀ ਜ਼ਿੰਮੇਵਾਰੀ ਨਹੀਂ ਸੀ ਉਹਦੇ ਲਈ ਅੱਡ ਲੋਕ ਰੱਖੇ ਜਾਂਦੇ ਸੀ ਉਹ ਮੰਤਸਬਦਾਰ ਖੁਦ ਆਪਣੀ ਜ਼ਮੀਨ ਦੇ ਅੰਦਰ ਵੀ ਨਹੀਂ ਰਹਿੰਦਾ ਸੀ ਤੇ ਇਹ ਜਿਹੜੀ ਜ਼ਮੀਨ ਹੁੰਦੀ ਸੀ ਭਾਰਤ ਵਿੱਚ ਇੱਕ ਲੈਟਸ ਸਪੋਜ਼ ਅੱਜ ਕਿਸੇ ਬੰਦੇ ਦੀ ਦੱਖਣ ਭਾਰਤ ਵਾਲਾ ਫਿਰ ਇਹਦੇ ਬਿਲਕੁਲ ਅਫਗਾਨਿਸਤਾਨ ਦੀ ਬਾਰਡਰ ਵਾਲ ਕਰ ਦਿੰਗੇ ਤਾਂ ਇਹ ਵੀ ਪੋਸਟਿੰਗ ਜਿਵੇਂ ਸਰਕਾਰੀ ਨੌਕਰੀਆਂ ਵਿੱਚ ਬਦਲੀ ਹੁੰਦੀ ਰਹਿੰਦੀ ਹੈ ਇਸ ਜ਼ਮੀਨ ਦੀ ਵੀ ਬਦਲੀ ਹੁੰਦੀ ਰਹਿੰਦੀ ਸੀ ਠੀਕ ਹੈ ਹਰ ਤਿੰਨ ਤੋਂ ਚਾਰ ਸਾਲ ਬਾਅਦ ਤਾਂ ਕਿ ਇੱਕ ਬੰਦੇ ਦੇ ਇੱਕ ਜਗ੍ਹਾ ਤੇ ਹੋਲਡ ਨਾ ਬਣੇ ਦੇਖੋ ਕਿਸੇ ਮਤਲਬ ਖੁਦ ਤਾਂ ਉਹ ਜ਼ਮੀਨ ਜਾਣਦਾ ਨਹੀਂ ਸੀ ਪਰ ਕਿਸੇ ਬੰਦੇ ਨੂੰ ਇਹ ਲੱਗਣ ਨਾ ਲੱਗੇ ਕਿ ਉਹ ਜ਼ਮੀਨ ਮੇਰੀ ਹੈ ਤਾਂ ਮੁਗਲ ਉਹ ਜ਼ਮੀਨ ਨੂੰ ਬਦਲਦੇ ਰਹਿੰਦੇ ਸੀ ਸਾਰੇ ਲੋਕਾਂ 'ਚ ਆਪਸ ਸਫਲ ਕਰਵਾਂਦੇ ਰਹਿੰਦੇ ਸੀ ਤੇ ਮੰਨਸਬ ਉਨਾ ਹੀ ਤੁਹਾਨੂੰ ਮਿਲੇਗਾ ਜਿੰਨਾ ਤੁਹਾਡੇ ਮੁਗਲ ਕੋਰਟ ਵਿੱਚ ਤੁਹਾਡਾ ਸਟੇਟਸ ਹੈ ਦੇਖੋ ਇੱਕ ਮੰਨਸਬਦਾਰ ਤਿੰਨ ਚੀਜ਼ਾਂ ਨਾਲ ਹੁੰਦਾ ਸੀ ਰੈਂਕ ਕੀ ਹੈ ਤਨਖਾਹ ਕੀ ਹੈ ਦੇਖੋ ਇੱਕ ਤਰੀਕੇ ਨਾਲ ਮੰਨਸਬ ਜਿਹੜਾ ਸੀਗਾ ਉਹ ਬੰਦੇ ਦੀ ਤਨਖਾਹ ਸੀ ਪਰ ਇਹ ਜਿਹੜਾ ਕਿੰਨਾ ਕਿੰਨੀ ਵੱਡੀ ਤੁਹਾਨੂੰ ਜ਼ਮੀਨ ਮਿਲੇਗੀ ਇਹ ਡਿਪੈਂਡ ਕਰਦਾ ਸੀ ਤੁਹਾਡਾ ਮੁਗਲ ਕੋਰਟ ਵਿੱਚ ਰੈਂਕ ਕੀ ਹੈ ਰੈਂਕ ਦੋ ਚੀਜ਼ਾਂ ਉੱਤੇ ਡਿਪੈਂਡ ਕਰਦਾ ਸੀ ਇੱਕ ਤੁਹਾਡੀ ਮੁਗਲ ਕੋਰਟ ਵਿੱਚ ਜਾਤ ਕੀ ਹੈ ਦੂਜਾ ਜਾਤ ਉਸੇ ਕਿੰਨੇ ਸਵਾਰ ਮੇਨਟੇਨ ਕਰ ਉਹਨੇ ਜਾਤ ਕੀ ਹੁੰਦਾ ਹੈ ਜਾਤ ਦਾ ਮਤਲਬ ਹੁੰਦਾ ਹੈ ਬੇਸਿਕਲੀ ਕਿੰਨੇ ਸਿਪਾਈ ਮੇਨਟੇਨ ਕਰਨੇ ਹੈ ਠੀਕ ਹੈ ਦੇਖੋ ਮੁਗਲ ਕੋਟ ਨੇ ਨਾ ਪੂਰੀ ਇੱਕ ਹਰਾਰਕੀ ਬਣਾ ਕੇ ਰੱਖੀ ਸੀ ਪੂਰਾ ਆਰਡਰ ਬਣਾ ਕੇ ਰੱਖਿਆ ਸੀ ਸਭ ਤੋਂ ਵੱਡਾ ਕੌਣ ਹੈ ਉਹ ਤੋਂ ਛੋਟਾ ਕੌਣ ਹੈ ਉਹ ਤੋਂ ਛੋਟਾ ਕੌਣ ਹੈ ਇਹ ਜਾਤ ਤਾਂ ਉਹ ਜਾਤ ਵਾਲੀ ਚੀਜ਼ ਨਹੀਂ ਹੈ ਇਹਦਾ ਮਤਲਬ ਹੁੰਦਾ ਹੈ ਕਿ ਮੁਗਲ ਕੋਟ ਨੇ ਇੱਕ ਨੰਬਰ ਅਲਾਟ ਹੁੰਦਾ ਸੀ ਸਭ ਤੋਂ ਛੋਟੇ ਜਿਵੇਂ 300 ਨੰਬਰ ਤੋਂ ਲੈ ਕੇ 5000 ਨੰਬਰ ਤੱਕ ਲੋਕਾਂ ਨੂੰ ਨੰਬਰ ਅਲਾਟ ਕੀਤਾ ਜਾਂਦਾ ਸੀ ਹੁਣ ਜਿਵੇਂ ਜਿਹੜਾ 300 ਵਾਲਾ ਹੈ ਉਹ ਸਭ ਤੋਂ ਛੋਟੇ ਜਿਹੜੇ ਅ ਕਰਮਚਾਰੀਏ ਜਿੰਨੇ ਵੀ ਮੁਗਲ ਕੋਟ ਵੀ ਜਿਹੜੇ ਸਭ ਤੋਂ ਲੋਅਰ ਸਟੇਟਸ ਵਾਲੇ ਆ ਮੰਸਬਦਾਰ ਹੈਗੇ ਆਫੀਸਰ ਹੀ ਆ ਪਰ ਸਭ ਤੋਂ ਛੋਟੇ ਦਰਜੇ ਦੇ ਜਿਹੜੇ ਆਫੀਸਰ ਹੈ ਉਹਨਾਂ ਦਾ ਰੈਂਕ 300 ਹੁੰਦਾ ਸੀ ਤੇ ਇਸੇ ਚੀਜ਼ ਤੇ ਡਿਪੈਂਡ ਕਰਦਾ ਤੁਸੀਂ ਫੌਜੀ ਕਿੰਨੇ ਰੱਖਣੇ ਹੁਣ 300 ਰੈਂਕ ਯਾਨੀ ਕਿ ਤੁਸੀਂ 300 ਆਪਣੇ ਸਿਪਾਹੀ ਰੱਖਣੇ ਆ ਠੀਕ ਹੈ ਤੇ ਇਸੇ ਮੁਤਾਬਿਕ ਤੁਹਾਨੂੰ ਇਹ ਵੀ ਦੱਸਿਆ ਜਾਂਦਾ ਸੀ ਤੁਸੀਂ ਸਵਾਰ ਕਿੰਨੇ ਰੱਖਣੇ ਆ ਕਿੰਨੇ ਘੋੜ ਸਵਾਰ ਰੱਖਣੇ ਇਹ ਦੋਨੋਂ ਚੀਜ਼ਾਂ ਇਸੇ ਤੇ ਡਿਪੈਂਡ ਕਰਦੀਆਂ ਜਿਹੜੇ ਰਾਜ ਪਰਿਵਾਰ ਦੇ ਖੁਦ ਲੋਕ ਹੁੰਦੇ ਸੀ ਉਹਨਾਂ ਦਾ 5000 ਤੋਂ ਵੀ ਜ਼ਿਆਦਾ ਦਾ ਰੈਂਕ ਹੁੰਦਾ ਸੀ ਕਿਉਂਕਿ ਰਾਜ ਪਰਿਵਾਰ ਦੇ ਲੋਕ ਹੈ ਤਾਂ ਆਬਵੀਅਸਲੀ ਉਹਨਾਂ ਨੇ ਆਪਣੇ ਆਪ ਨੂੰ ਸਟੇਟਸ ਵੱਡਾ ਦੇ ਕੇ ਰੱਖਿਆ ਹੋਇਆ ਸੀ ਠੀਕ ਹੈ ਤੇ ਐਸੇ ਸਾਰੀ ਚੀਜ਼ ਉੱਤੇ ਹੁਣ ਕਿਉਂਕਿ ਸਿਪਾਈਆਂ ਦੀ ਜ਼ਿੰਮੇਵਾਰੀ ਕੋਡ ਸਵਾਰਾਂ ਦੀ ਜ਼ਿੰਮੇਵਾਰੀ ਖੁਦ ਦੇ ਕੰਟਰੋਲ ਕਰਨ ਦੀ ਜ਼ਿੰਮੇਵਾਰੀ ਸਭ ਕੁਝ ਐਸੇ ਉੱਤੇ ਡਿਪੈਂਡ ਕਰ ਰਿਹਾ ਹੈ ਇਸੇ ਕਾਰਨ ਲੈਂਡ ਕਿੱਡਾ ਵੱਡਾ ਮਿਲੇਗਾ ਜ਼ਮੀਨ ਕਿੱਡੀ ਵੱਡੀ ਮਿਲੇਗੀ ਕਿੰਨੇ ਰੈਵਨਿਊ ਵਾਲੀ ਮਿਲੇਗੀ ਉਹ ਵੀ ਸਿਸਮੇ داری ਉੱਤੇ ਡਿਪੈਂਡ ਕਰਦਾ ਸੀ ਤੇ ਇਹਨੂੰ ਮਨਸਬ ਦਾ ਸਿਸਟਮ ਕਹਿੰਦੇ ਸੀ ਠੀਕ ਹੈ ਧਿਆਰੇ ਹੁਣ ਇਹ ਜੋ ਅੱਗੇ ਵਾਅਦੇ ਵਾਅਦੇ ਹੋਏ ਜ਼ਗੀਰਾਂ ਦੀ ਗੱਲ ਕਰੀਏ ਦੇਖੋ ਜਿਹੜੀ ਇਹ ਜ਼ਮੀਨ ਮਿਲਦੀ ਹੁੰਦੀ ਸੀ ਨਾ ਜਿਹੜੀ ਮਨਸਬ ਹੁੰਦੇ ਸੀ ਮਨਸਬ ਦਾ ਮਤਲਬ ਹੈ ਰੈਵਨਿਊ ਮਿਲਦੀ ਦਾ ਜ਼ਮੀਨ ਹੀ ਸੀ ਨਾ ਜ਼ਮੀਨਾਂ ਲਈ ਜਿਹੜਾ ਇਹ ਵਰਡ ਯੂਜ਼ ਕਰਦੇ ਸੀ ਮੁਗਲ ਉਹਨੂੰ ਕਹਿੰਦੇ ਸੀ ਜ਼ਗੀਰ ਹੁਣ ਜ਼ਗੀਰ ਦੇ ਅੱਡਰ ਟਾਈਪ ਹੁੰਦੇ ਸੀ ਸਭ ਤੋਂ ਪਹਿਲਾਂ ਜਿਵੇਂ ਜਿਹੜੀ ਚੀਜ਼ ਦਾ ਮਨਸਬ ਦੇ ਤੌਰ ਤੇ ਦਿੱਤੀ ਗਈ ਉਹਨੂੰ ਕਹਿੰਦੇ ਸੀ ਤਨਖਾਹ ਜਗੀ ਕਿ ਤਨਖਾਹ ਦੇ ਤੌਰ ਤੇ ਇਹ ਤਨਖਾਹ ਉਹਨੇ ਟਾਈਮ ਤੱਕ ਹੀ ਮਿਲੂਗੀ ਜਦ ਤੱਕ ਤੁਸੀਂ ਮੁਗਲ ਕੋਰਟ ਦੀ ਸੇਵਾ ਵਿੱਚ ਲੱਗੇ ਹੋਏ ਠੀਕ ਹੈ ਤਿੰਨ ਚਾਰ ਸਾਲ ਬਾਅਦ ਇਹਦੀ ਬਦਲੀ ਵੀ ਕਰ ਦਿੱਤੀ ਜਾਂਦੀ ਸੀ ਪਲੱਸ ਇਹ ਫਿਕਸ ਨਹੀਂ ਹੁੰਦੀ ਸੀ ਕਿ ਤੁਹਾਡੇ ਪਰਿਵਾਰ ਨਾਲ ਹੀ ਰਹੋਗੇ ਤੁਸੀਂ ਜਿਵੇਂ ਤਨਖਾਹ ਜਦ ਤੱਕ ਤੁਸੀਂ ਕੰਮ ਕਰ ਰਹੇ ਹੋ ਉਹਨੇ ਟਾਈਮ ਤੱਕ ਹੀ ਮਿਲਦੀ ਹੈ ਤੁਸੀਂ ਰਿਟਾਇਰਮੈਂਟ ਲੈ ਲਈ ਹੈ ਨੌਕਰੀ ਬਦਲ ਲਈ ਤਾਂ ਬਸ ਖਤਮ ਹੋਈ ਤੁਹਾਡੀ ਉਹ ਸਾਰੇ ਸਾਰੇ ਇਸ ਤਰੀਕੇ ਨਾਲ ਹੀ ਇੱਥੇ ਕੰਮ ਕਰਦੇ ਸੀ। ਇਸ ਤੋਂ ਬਾਅਦ ਮੈਂ ਅੱਗੇ ਦੱਸਾਂ ਕਿਸੇ ਬੰਦੇ ਨੂੰ ਜੇ ਕਿਸੇ ਸ਼ਰਤ ਦੇ ਉੱਤੇ ਕੋਈ ਜ਼ਮੀਨ ਦਿੱਤੀ ਜਾ ਰਹੀ ਹੈ ਕਿ ਤੁਸੀਂ ਆਹ ਕੰਮ ਪੂਰਾ ਕਰ ਦੋ ਤਾਂ ਤੁਹਾਨੂੰ ਇਹ ਜ਼ਮੀਨ ਦਿੱਤੀ ਜਾ ਰਹੀ ਹੈ। ਠੀਕ ਹੈ ਉਹਨੂੰ ਕਹਿੰਦੇ ਸੀ ਮਸ਼ਰੂਤ ਜ਼ਗੀਰ। ਠੀਕ ਹੈ। ਇਸ ਤੋਂ ਬਾਅਦ ਇਦਾਂ ਦੀ ਜ਼ਗੀਰ ਜਿਹੜੀ ਤੁਹਾਡੇ ਰਾਜੇ ਨੇ ਖੁਸ਼ ਹੋ ਕੇ ਦਿੱਤੀ ਹੈ ਉਹਨੂੰ ਕਹਿੰਦੇ ਸੀ ਇਨਾਮ ਜ਼ਗੀਰ। ਠੀਕ ਹੈ ਹੁਣ ਇਨਾਮ ਜਿਹਨੂੰ ਮਿਲੇ ਓਬਵੀਅਸਲੀ ਉਹ ਬੰਦੇ ਕੋਲ ਤਾਂ ਹਮੇਸ਼ਾ ਹੀ ਰਹੂਗੀ ਇਨਾਮ ਥੋੜੀ-ਥੋੜੀ ਤਾਂ ਕੋਈ ਖੋ ਕੇ ਲੈ ਸਕਦਾ ਤੁਹਾਨੂੰ ਅੱਜ ਕੋਈ ਪ੍ਰਾਈਜ਼ ਮਿਲੇ ਆ ਉਹ ਤੁਹਾਡੇ ਕੋਲ ਹੀ ਰਹੂਗੀ ਇਸ ਤੋਂ ਬਾਅਦ ਇੱਕ ਹੋਰ ਜ਼ਮੀਨ ਜਿਹੜੀ ਪਰਿਵਾਰ ਦੇ ਅੰਦਰ ਹੀ ਰਹਿੰਦੀ ਹੁੰਦੀ ਸੀ ਉਹਨਾਂ ਨੂੰ ਕਹਿੰਦੇ ਸੀ ਵਤਨ ਜਾਗੀਰ ਇਹ ਕੀ ਹੁੰਦਾ ਸੀ ਜਦੋਂ ਦੇਖੋ ਕਿਸੇ ਏਰੀਆ ਵਿੱਚ ਕਿਸੇ ਰਾਜੇ ਨੂੰ ਮੁਗਲ Empire ਵਿੱਚ ਜੋੜਿਆ ਜਾਂਦਾ ਦੇਖੋ ਮੁਗਲ Empire ਚ ਕੋਸ਼ਿਸ਼ ਹੁੰਦੀ ਸੀ ਕਿ ਲੋਕੀ ਵਿਰੋਧ ਘਟ ਕਰਨ ਤੇ Empire ਦਾ ਹੀ ਹਿੱਸਾ ਬਣ ਜਾਣ ਇਹ ਕਿੱਦਾਂ ਕਰ ਸਕਦੇ ਆ ਕਿ ਦੇਖੋ ਅੱਜ ਜਿਵੇਂ ਕੋਈ ਇਹ ਰਾਜੇ ਦਾ ਕਿੰਗਡਮ ਸੀਗਾ ਪੁਰੇ ਲੇਟੋ ਰਾਜਸਥਾਨ ਵਿੱਚ ਉਹਨੇ ਕੈਂਪੇਨ ਕਰ ਰਹੀ ਸੀ Rajasthan ਚ ਕਬਜ਼ਾ ਕਰ ਰਹੀ ਸੀ ਉੱਥੇ ਕੋਈ ਰਾਜਾ ਸੀ ਉਹਨੂੰ ਬੋਲਿਆ ਕਿ ਤੁਸੀਂ ਮੁਗਲ ਕੋਰਟ ਦਾ 파ਟ ਬਣ ਜਾਓ ਮੁਗਲ एंपਾਇਰ ਦਾ 파ਟ ਬਣ ਜਾਓ ਤੇ ਮੁਗਲ ਦੀ ਸੇਵਾ ਵਿੱਚ ਆ ਜਾਓ ਹੁਣ ਉਹ ਬੰਦਾ ਉਸ ਇਲਾਕੇ ਦਾ ਰਾਜਾ ਰਿਹਾ ਨਾ ਤਾਂ ਉਹਦੇ ਕੁਛ ਤੱਕ ਕਿਲੇ ਹੋਣੇ ਆ ਜਿਹੜੇ ਉਹਦੇ ਲਈ ਬਹੁਤ ਜ਼ਰੂਰੀ ਹੋਣੇ ਆ ਤਾਂ ਹੁੰਦਾ ਕੀ ਸੀ ਉਹ ਜਿਹੜੇ ਕਿਲੇ ਆ ਤੇ ਉਹਨਾਂ ਦੇ ਆਸ-ਪਾਸ ਦੇ ਕੁਝ ਪਿੰਡ ਉਹ ਉਹਦੇ ਲਈ ਛੱਡ ਦਿੱਤੇ ਜਾਂਦੇ ਸੀ ਤੇ ਬਾਕੀ ਦਾ ਜਿੰਨਾ ਸਾਰਾ ਕਿੰਗਡਮ ਹੈ ਇਹ ਮੁਗਲ ਸਾਮਰਾਜ ਵਿੱਚ ਹੀ ਜੋੜ ਲਿਆ ਜਾਂਦਾ ਸੀ ਇਹ ਮੁਗਲ ਦਾ ਹੀ ਬਣਾ ਲਿਆ ਜਾਂਦਾ ਸੀ ਬਸ ਸੇਕਇਆ ਦਿੱਤਾ ਜਾਂਦਾ ਸੀ ਇਹ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਹੀ ਇਲਾਕਾ ਹੈ ਇਹਦੇ ਉੱਤੇ ਸਿਰਫ ਤੁਹਾਡਾ ਇਦਾਂ ਦੀ ਜਿਹੜੇ ਲੋਕਾਂ ਲਈ ਜਿਹੜੇ ਕੋਈ ਵੱਡੇ ਜ਼ਮੀਂਦਾਰ ਰਹੇ ਆ ਹੋਰ ਛੋਟੇ-ਮੋਟੇ ਰਾਜ ਰਹੇ ਆ ਉਹਨਾਂ ਦੀ ਜਿਹੜੀ ਜ਼ਮੀਨ ਤਾਂ ਛੱਡੀ ਗਈ ਉਹਨਾਂ ਨੂੰ ਕਹਿੰਦੇ ਆ ਵਤਨ ਜਾਗੀਰ ਵਤਨ ਜਾਗੀਰ ਪਰਿਵਾਰ ਦੇ ਵਿੱਚ ਹੀ ਰਹਿੰਦੀ ਸੀ ਬਸ ਤਨਖਾਹ ਜਾਗੀਰ ਤੇ ਆ ਮਸ਼ਰੂਤ ਜਾਗੀਰ ਇਹ ਸਿਰਫ ਜਦ ਤੱਕ ਸੇਵਾਵਾਂ ਚੱਲ ਰਹੀਆਂ ਉੰਨੀ ਦੇਰ ਤੱਕ ਆ ਇਨਾਮ ਦਿੱਤਾ ਗਿਆ ਤੇ ਵਤਨ ਜਾਗੀਰ ਇਹ ਉਸੇ ਬੰਦੇ ਕੋਲ ਰਹੂਗੀ ਬਸ ਇਹ ਗੱਲ ਹੈ ਕਿ ਹੁਣ ਲੈਟਸ ਪੋਜ਼ ਕੱਲ ਇਸ ਬੰਦੇ ਨੇ ਰਿਵੋਲਟ ਕਰਤਾ ਸੀ ਠੀਕ ਹੈ ਤੇ ਉਦੋਂ ਬਾਅਦ ਮੁਗਲਸ ਨੇ ਉਹ ਰਿਵੋਲਟ ਕੁਚਲਤਾ ਉਹਨੂੰ ਦਾਪਤਾ ਤਾਂ ਫੇਰ ਤਾਂ ਉਹ ਸਾਰੀ ਜ਼ਮੀਨ ਖੋ ਵੀ ਲੈ ਲੈਂਦੇ ਸੀ ਠੀਕ ਹੈ ਤਾਂ ਖੋਈ ਕੋਈ ਵੀ ਜ਼ਮੀਨ ਜਾ ਸਕਦੀ ਸੀ ਕੋਈ ਵੀ ਕਿਸੇ ਵੀ ਕੈਟਾਗਰੀ ਵਿੱਚ ਬਦਲੀ ਜਾ ਸਕਦੀ ਸੀ ਇਹ ਸਭ ਕੁਝ ਮੁਗਲ ਰਾਜੇ ਦੇ ਆਪਣੇ ਹੱਥ ਵਿੱਚ ਹੁੰਦਾ ਸੀ ਠੀਕ ਹੈ ਹੁਣ ਇਹ ਤੋਂ ਅੱਗੇ ਵਧਦੇ ਹੋਏ ਅਗਲੀ ਜਿਹੜੀ ਚੀਜ਼ ਹੈ ਉਹ ਹੈਗਾ ਤੁਹਾਡਾ ਰੈਵਨਿਊ ਸਿਸਟਮ ਕਰ ਇਕੱਠਾ ਕਰਨ ਦਾ ਕੀ ਸਿਸਟਮ ਸੀ ਦੇਖੋ ਜਿਹੜਾ ਕਰ ਇਕੱਠਾ ਕਰਨ ਦਾ ਸਿਸਟਮ ਸੀਗਾ ਜਿਹੜਾ ਅ ਅਕਬਰ ਨੇ ਬਣਵਾਇਆ ਅਕਬਰ ਨੇ ਇਹ ਸਿਸਟਮ ਬਣਾਉਣ ਦੀ ਜ਼ਿੰਮੇਵਾਰੀ ਦਿੱਤੀ ਸੀ ਰਾਜਾ ਟੋਡਰਮਲ ਨੂੰ ਦੇਖੋ ਇੱਕ ਨਾ ਮੁਗਲਸ ਦੇ ਵਿੱਚ ਥੋੜਾ ਜਿਹਾ ਪੀਰੀਅਡ ਗੈਪ ਰਿਹਾ ਸੀ ਸੂਰੀ ਡਾਇਨੈਸਟੀ ਰਹੀ ਸੀ ਇੱਕ ਥੋੜੇ ਭਾਰਤ ਵਿੱਚ ਰੂਲਰ ਆਏ ਸੀ ਵਿੱਚ ਸ਼ੇਰ ਸ਼ਾਹ ਸੂਰੀ ਠੀਕ ਹੈ ਜਿਨ੍ਹਾਂ ਨੂੰ ਸ਼ੇਰ ਖਾਨ ਵੀ ਕਹਿੰਦੇ ਆ ਉਹਨਾਂ ਨੇ ਸ਼ੇਰ ਸ਼ਾਹ ਸੂਰੀ ਆਪਣੇ ਆਪ ਸਿਰਫ 5 ਸਾਲ ਹੀ ਰਾਜ ਕਰ ਪਾਏ ਉਹਨਾਂ ਦੇ ਅੱਗੇ ਪਰਿਵਾਰ ਦੇ ਕੁਝ ਲੋਕ ਟੋਟਲ 15 ਸਾਲ ਰਿਹਾ ਹੋ ਠੀਕ ਹੈ ਅ ਜਿਹੜਾ ਉਹ 15 ਸਾਲ ਉਹਨਾਂ ਦਾ ਕੰਟਰੋਲ ਰਿਹਾ ਉਹਦੇ ਵਿੱਚ ਜਿਹੜਾ ਸ਼ੇਰ ਸ਼ਾਹ ਸੂਰੀ ਦਾ ਖਾਸ ਕਰ ਜਿਹੜੇ ਪਹਿਲੇ 5 ਸਾਲ ਸੀ ਸ਼ੇਰ ਸ਼ਾਹ ਸੂਰੀ ਨੇ ਹਮਾਇਉ ਨੂੰ ਬਹੁਤ ਪਜਾਇਆ ਸੀ ਉਹ ਉਹਨਾਂ ਕਾਰਨ ਹੀ ਉਹਨਾਂ ਨੂੰ ਵਾਪਸ ਭੱਜ ਕੇ ਕਾਬੁਲ ਜਾਣਾ ਪਿਆ ਸੀ ਤਾਂ ਫਿਰ 15 ਸਾਲ ਮੁਗਲ ਦਾ ਵਿੱਚ ਇੱਕ ਗੈਪ ਰਹਿੰਦਾ ਹੈ ਜਦੇ ਵਿੱਚ 5 ਸਾਲ ਬੱਲੇ ਸ਼ੇਰ ਸ਼ਾ ਸੂਰੀ ਦੇ ਸੀ ਚਲੋ ਜਮईन ਚੀਜ਼ ਹੈ ਕਿ ਸ਼ੇਰ ਸ਼ਾ ਸੂਰੀ ਨੂੰ ਨਾ ਭਾਰਤ ਦੇ ਇਤਿਹਾਸ ਵਿੱਚ ਮੰਨਿਆ ਜਾਂਦਾ ਹੈ ਜਿਵੇਂ ਅੱਜ ਦੀ ਆਪਣੀ ਸਰਕਾਰਾਂ ਕਹਿੰਦੀਆਂ 5 ਸਾਲ ਵਿੱਚ ਕੀ ਹੋ ਸਕਦਾ ਠੀਕ ਹੈ ਸ਼ੇਰ ਸ਼ਾ ਸੂਰੀ ਨੇ 5 ਸਾਲ ਵਿੱਚ ਭਾਰਤ ਦਾ ਪੂਰਾ ਜਿੰਨਾ ਉਹਨਾਂ ਦਾ ਸਮਰਾਜਿਤ ਕਬਜ਼ਾ ਸੀ ਜਿੰਨਾ ਏਰੀਆ ਵਿੱਚ ਉਹ ਸਾਰੇ ਦਾ ਹੁਲੀਆ ਹੀ ਬਦਲ ਕੇ ਰੱਖਤਾ ਸੀ ਇੰਨਾ ਸੇਵ ਬਣਾਤਾ ਸੀ ਤੇ ਜਿਹੜਾ ਆਪਾਂ ਕਨਸੈਪਟ ਜਾਣਦੇ ਜੀਟੀ ਰੋਡ ਗ੍ਰੈਂਡ ਟ੍ਰੰਕ ਰੋਡ ਬਣਾਈਆਂ ਸੀ ਚਾਰ ਗ੍ਰੈਂਡ ਟ੍ਰੰਕ ਰੋਡ ਬਣਾਈਆਂ ਸੀ ਉਹ ਸ਼ੇਰ ਸ਼ਾ ਸੂਰੀ ਨੇ ਬਣਾਈਆਂ ਸੀ ਤਾਂ ਕਿ ਉਹਨਾਂ ਦੀ ਫੌਜ ਜ਼ਿਆਦਾ ਤੇਜ਼ੀ ਨਾਲ ਟਰੈਵਲ ਕਰ ਸਕੇ ਤੇ ਬਾਕੀ ਜਿੰਨੇ ਟਰੇਡਰ ਸੀਗੇ ਉਹਨਾਂ ਨੂੰ ਵੀ ਯੂਜ਼ ਕਰਨ ਦਿੰਦੇ ਸੀ ਤਾਂ ਆਬਵੀਅਸਲੀ ਸਾਰੇ ਨੇ ਉਹਦਾ ਬਹੁਤ ਫਾਇਦਾ ਹੋਇਆ ਠੀਕ ਹੈ ਤੇ ਉਹਨਾਂ ਨੇ ਹੀ ਇੱਕ ਸਿਸਟਮ ਬਣਾਇਆ ਸੀ ਰੈਵਨਿਊ ਦਾ ਉਹ ਕੀ ਕਰਦੇ ਸੀ ਉਹਨਾਂ ਨੇ ਪੂਰੀ ਦੀ ਪੂਰੀ ਜ਼ਮੀਨ ਨੂੰ ਨਾ ਤਿੰਨ ਹਿੱਸਿਆਂ ਵਿੱਚ ਡਿਵਾਈਡ ਕੀਤਾ ਜਿਹੜੀ ਬਹੁਤ ਚੰਗੀ ਜ਼ਮੀਨ ਸੀ ਠੀਕ ਠਾਕ ਜ਼ਮੀਨ ਸੀ ਤੇ ਮਾੜੀ ਜ਼ਮੀਨ ਸੀ ਤਿੰਨ ਮਤਲਬ ਸਾਰਾ ਲੈਂਡ ਦਾ ਸਰਵੇ ਕਰਵਾਇਆ ਕਿ ਕਿਹੜੀ ਇਹ ਆਇਡੈਂਟੀਫਾਈ ਕਰੋ ਕਿਹੜੀ ਜ਼ਮੀਨ ਸਭ ਤੋਂ ਚੰਗੀ ਆ ਕਿਹੜੀ ਠੀਕ ਠਾਕ ਹੈ ਤੇ ਕਿਹੜੀ ਬਿਲਕੁਲ ਹੀ ਬੰਜਰ ਜੀ ਹੈ ਤਾਂ ਕਿ ਜਿਹੜੀਆਂ ਤਾਂ ਬਹੁਤ ਚੰਗੀਆਂ ਜ਼ਮੀਨਾਂ ਉਹਨਾਂ ਦਾ ਤਾਂ ਰੈਵਨਿਊ ਜ਼ਿਆਦਾ ਆਵੇ ਜਿਹੜੀਆਂ ਠੀਕ ਠਾਕ ਉਹਨਾਂ ਤੋਂ ਰੈਵਨਿਊ ਵੀ ਠੀਕ ਠਾਕ ਆਉਗਾ ਤੇ ਜਿਹੜੀ ਬੰਜਰ ਆ ਉਹਨਾਂ ਤੋਂ ਕੁਝ ਕੁ ਸਾਲ ਬਾਅਦ ਰੈਵਨਿਊ ਲੈ ਲਈ ਜਾਂ ਰੈਵਨਿਊ ਘਟ ਲਈ। ਇਹੀ ਸਿਸਟਮ ਤੋਂ ਇਨਸਪਾਇਰ ਹੋ ਕੇ ਰਾਜਾ ਟੋਡਰਮਲ ਨੇ ਜ਼ਬਤੀ ਜਾਂ ਜਿਹਨੂੰ 10 ਸਾਲਾ ਪ੍ਰਣਾਲੀ ਕਹਿੰਦੇ ਆ, ਇਹ ਤਿਆਰ ਕੀਤੀ ਸੀ। ਜ਼ਬਤੀ ਆਪਣੇ ਆਪ ਚ ਪੂਰਾ ਸਿਸਟਮ ਹੈ ਇਹਦੇ ਅੰਦਰ 10 ਸਾਲਾ ਕੀ ਹੁੰਦਾ ਸੀ ਦੇਖੋ ਕਿਸੇ ਵੀ ਜਗ੍ਹਾ ਦਾ ਜਿਹੜਾ ਕਰ ਫਿਕਸ ਕਰਨਾ ਹੁੰਦਾ ਸੀ ਨਾ ਪਿਛਲੇ 10 ਸਾਲ ਦਾ ਰਿਕਾਰਡ ਦੇਖੇ ਜਾਂਦੇ ਸੀ ਕਿ 10 ਸਾਲ ਦੇ ਅੰਦਰ ਕਿੰਨੀ ਪੈਦਾਵਾਰ ਹੋਈ ਹੈ। ਤੇ ਉਸ ਦੇ ਮੁਤਾਬਿਕ 1/3 1/3 ਤੁਹਾਡਾ ਰੈਵਨਿਊ ਫਿਕਸ ਕਰ ਦਿੱਤਾ ਜਾਂਦਾ ਸੀ ਕਿ ਇੰਨਾ ਤੁਸੀਂ ਪੇ ਕਰਨਾ ਇਹ ਸਾਰਾ ਦਾ ਸਾਰਾ ਜਿਹੜਾ ਰੈਵਨਿਊ ਹੈ ਅਲਟੀਮੇਟਲੀ ਕੈਸ਼ ਵਿੱਚ ਲਿਤਾ ਜਾਂਦਾ ਸੀ ਠੀਕ ਹੈ ਅ ਨਕਦ ਵਿੱਚ ਲਿਤਾ ਜਾਂਦਾ ਦੇਖੋ ਦੋ ਤਰੀਕੇ ਹੁੰਦੇ ਸੀ ਤੁਹਾਡੇ ਕਰ ਪੇ ਕਰਨ ਦੇ ਜਾਂ ਤਾਂ ਨਕਦ ਹੋਵੇ ਜਾਂ ਤੁਸੀਂ ਕਾਈਂਡ ਵਿੱਚ ਯਾਨੀ ਕਿ ਲੈਟਸ ਸੋ ਜਿਵੇਂ ਕਿਸਾਨ ਹੈ किसान ਕੋਲੇ ਪੈਸੇ ਨਹੀਂ ਹੈਗੇ ਪਰ ਫਿਰ ਕਿਸਾਨ ਕੋਲੇ ਜਿੰਨਾ ਉਸ ਪੈਸੇ ਦੇ ਬਦਲੇ ਜਿੰਨੀ ਫਸਲ ਬਣਦੀ ਹੈ ਨਾ ਫਸਲ ਦੇ ਸਕਦਾ ਮੁਗਲ ਸਮਰਾਜ ਤਾਂ ਕੀ ਕਰਦੇ ਸੀ ਉਹ ਫਿਰ ਫਸਲ ਲੈ ਲੈਂਦੇ ਸੀ ਫਸਲ ਵੇਚ ਦਿੰਦੇ ਸੀ ਤੇ ਫਾਈਨਲ ਜਿਹੜੀ ਕਲੈਕਸ਼ਨ ਹੁੰਦੀ ਸੀ ਫਿਰ ਉਹ ਸਾਰੇ ਦੀ ਸਾਰੀ ਨਗਦ ਵਿੱਚ ਕਲੈਕਟ ਕੀਤੀ ਜਾਂਦੀ ਸੀ ਪਰ ਜੇ ਕਦੀ ਇਹ ਸਟੇਟਮੈਂਟ ਆ ਜਾਏ ਕਿ ਮੁਗਲ ਸਮਰਾਜ ਵਾਲੇ ਸਿਰਫ ਨਗਦ ਲੈਂਦੇ ਸੀ ਉਹ ਗਲਤ ਹੋਊਗਾ ਕਿਉਂਕਿ ਉਹ ਇਹ ਰਿਸੋਰਸਸ ਵੀ ਲੈ ਲੈਂਦੇ ਸੀ ਉਹ ਬਾਅਦ ਚ ਵੇਚ ਕੇ ਉਹ ਤੋਂ ਨਗਦ ਕਨਵਰਟ ਕਰ ਲੈਂਦੇ ਸੀ ਠੀਕ ਹੈ ਤੇ ਜਿਹੜਾ 10 ਸਾਲਾ ਸਿਸਟਮ ਸੀ ਇਦੇ ਅੰਦਰ ਹੀ ਸਭ ਕੁਝ ਕੀਤਾ ਗਿਆ ਮਤਲਬ ਜ਼ਬਤੀ ਸਿਸਟਮ ਦੇ ਅੰਦਰ ਸਾਰਾ ਲੈਂਡ ਦੁਆਰਾ ਤੋਂ ਮੈਜ਼ਰ ਕੀਤਾ ਗਿਆ ਠੀਕ ਹੈ ਲੈਂਡ ਨੂੰ ਅਡਰਡ ਕੈਟਾਗਰੀ ਵਿੱਚ ਵੰਡੇ ਗਿਆ ਕਿ ਕਿੰਨੀ ਫਰਟਾਈਲ ਹੈ ਕਿੰਨੀ ਵਧੀਆ ਜ਼ਮੀਨ ਹੈ ਕਿੰਨੀ ਮਾੜੀ ਜ਼ਮੀਨ ਹੈ ਇਹਦੇ ਅੰਦਰ ਸੌਰੀ ਇਹਦੇ ਅੰਦਰ ਜ਼ਮੀਨਾਂ ਦੀ ਫਿਰ ਸਾਰੇ ਸਾਰੇ ਜੋ ਇਹਨਾਂ ਨੇ ਚਾਰ ਹਿੱਸਿਆਂ ਵਿੱਚ ਜ਼ਮੀਨ ਨੂੰ ਵੰਡਿਆ ਜਿਹੜੀ ਸਭ ਤੋਂ ਵਧੀਆ ਜ਼ਮੀਨ ਸੀ ਜਿਹੜੀ ਹਰ ਸਾਲ ਪੈਦਾਵਾਰ ਦੇ ਰਹੀ ਹੈ ਉਹਨੂੰ ਕਹਿੰਦੇ ਸੀ ਪੌਲਾਜ ਜਿਹੜੀ ਇਦਾਂ ਦੀ ਜ਼ਮੀਨ ਸੀ ਜਿਹੜੀ ਹੌਲੀ-ਹੌਲੀ ਜੀ ਤੇ ਪੈਦਾਵਾਰ ਵੱਧਦੀ ਹੈ ਤੇ ਉਦੋਂ ਬਾਅਦ ਫਿਰ ਕੱਟ ਸਕਦੀ ਹੈ ਉਹਨੂੰ ਕਹਿੰਦੇ ਸੀ ਪਰੋਤੀ ਇੱਥੇ ਕੀ ਹੁੰਦਾ ਸੀ ਦੇਖੋ ਕੁਝ ਸਾਲ ਸ਼ਾਇਦ ਪਹਿਲਾਂ ਜ਼ਮੀਨ ਨੂੰ ਖਾਲੀ ਛੱਡਣਾ ਪਵੇ ਤੇ ਫਿਰ ਇੱਥੇ ਰੈਵਨਿਊ ਵੀ ਇਦਾਂ ਫਿਕਸ ਕਰਦੇ ਸੀ ਕਿ ਚਲੋ ਪਹਿਲੇ ਸਾਲ ਥੋੜਾ ਜਿਹਾ ਦੇ ਦਿਓ ਮਤਲਬ ਜੋ ਉਹ ਗਾਣਾ ਸ਼ੁਰੂ ਕੀਤਾ ਥੋੜਾ ਜਿਹਾ ਦਿਓ ਫਿਰ ਅਗਲੇ ਸਾਲ ਪੈਦਾਵਾਰ ਹੋਰ ਵੱਧੀ ਤਾਂ ਥੋੜਾ ਜਿਹਾ ਹੋਰ ਦੇ ਦਿਓ ਤੇ ਤੀਜੇ ਸਾਲ ਦੋ ਸਾਲਾਂ ਬਾਅਦ ਜਾ ਕੇ ਪੂਰਾ ਤਾਂ ਪੂਰਾ ਕਰ ਲਾਇਆ ਜਾਂਦਾ ਸੀ ਪੂਰਾ ਰੇਟ ਲੱਗਦਾ ਸੀ ਇਹ ਟੈਕਸ ਤੀਜੀ ਕੈਟਾਗਰੀ ਆ ਗਈ ਥੋੜਾ ਚੱਚਰ ਚੱਚਰ ਇਦਾਂ ਦੀ ਜ਼ਮੀਨ ਹੁੰਦੀ ਸੀ ਜਿਹੜੀ 3-4 ਸਾਲ ਬੰਜਰ ਪਈ ਰਹਿੰਦੀ ਸੀ ਤੇ ਉਸ ਤੋਂ ਬਾਅਦ ਕਿਤੇ ਜਾ ਕੇ ਫਸਲ ਦੇਣੀ ਸ਼ੁਰੂ ਕਰੂਗੀ ਤਾਂ ਇਹਨਾਂ ਦਾ ਤੀਜੇ ਸਾਲ ਤੋਂ ਸ਼ੁਰੂ ਹੁੰਦਾ ਸੀ ਕਿ ਤੀਜੇ ਸਾਲ ਜਾ ਕੇ ਥੋੜਾ ਜਿਹਾ ਕਰ ਦੇ ਦੋ ਚੌਥੇ ਸਾਲ ਹੋਰ ਪੰਜਵੇਂ ਸਾਲ ਜਾ ਕੇ ਪੂਰਾ ਕਰ ਲੱਗਦਾ ਸੀ ਲਾਸਟ ਹੈ ਜਿਹੜੀ ਸਭ ਤੋਂ ਘਟੀਆ ਜ਼ਮੀਨਾਂ ਹੁੰਦੀ ਸੀ ਜਿਨ੍ਹਾਂ ਨੂੰ ਬੰਜਰ ਕਹਿੰਦੇ ਸੀ ਇਹਨਾਂ ਤੇ 5 ਸਾਲ ਬਾਅਦ ਜਾ ਕੇ ਕਰ ਲ ਸ਼ੁਰੂ ਹੁੰਦਾ ਸੀ ਇਹ ਤਾਂ ਪਹਿਲਾਂ ਕਰ ਹੀ ਨਹੀਂ ਰਹੇ ਸੀ ਕਿ ਪਹਿਲਾਂ ਕਿਉਂਕਿ ਇਤਨਾ ਲੋਕਾਂ ਨੂੰ ਉਹਨਾਂ ਨੇ ਐਡਵਾਂਟੇਜ ਦਿੱਤੇ ਦਿੰਦੇ ਸੀ ਤੇ ਕੰਮ ਕਰਨ ਦਾ ਹੌਸਲਾ ਦਿੰਦੇ ਸੀ ਕਿ ਤੁਸੀਂ ਜ਼ਮੀਨਾਂ ਤੇ ਕੰਮ ਕਰੋ ਅਸੀਂ ਪਹਿਲੇ 5 ਸਾਲ ਤੁਹਾਡੇ ਤੋਂ ਪੈਸੇ ਨਹੀਂ ਲੈਂਦੇ 5 ਸਾਲ ਬਾਅਦ ਜਾ ਕੇ ਸੀ ਜਦੋਂ ਜ਼ਮੀਨ ਠੀਕ ਠਾਕ ਹੋ ਜਾਊਗੀ ਕੁਝ ਪੈਦਾਵਾਰ ਦੇਣ ਲੱਗ ਗਈ ਫੇਰ ਕਰ ਲੈਣਾ ਸ਼ੁਰੂ ਕਰਾਂ ਤਾਂ ਮੁਗਲਸ ਨੇ ਇਹ ਸਿਸਟਮ ਬਹੁਤ ਸੋਚ ਸਮਝ ਕੇ ਬਣਾਇਆ ਇਸੇ ਕਾ ਆਪਣਾ ਇਦਾਂ ਲੈਕਚਰ ਥੈਂਕ ਯੂ ਐਂਡ ਸੀ